ਗੁਰੂ ਜੀ ਦੇ ਸਾਜੀ ਨੂੰ ਅੱਜ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਹੁਣ ਉਸਦੇ ਘਰ ਵਿੱਚ ਤਾਂ ਸਭ ਕੁਛ ਹੀ ਹੈ, ਲੇਕਿਨ ਸਾਡਾ ਮਨ ਉਸ ਘਰ ਨੂੰ ਭੁੱਲ ਕੇ, ਉਸ ਘਰ ਨੂੰ ਛੱਡ ਕੇ ਇਸ ਕਾਲ ਦੇ ਘਰ ਵਿੱਚ ਆ ਗਿਆ, ਮਾਇਆ ਦੇ ਘਰ ਵਿੱਚ ਆ ਗਿਆ, ਜਿੱਥੇ ਇਹਦੇ ਵਾਸਤੇ ਕੁਛ ਨਹੀਂ, ਸਾਰਾ ਦੇਸ਼ ਹੀ ਬਗਾਨਾ। ਇਸ ਵਾਸਤੇ ਸਾਨੂੰ ਮਹਾਰਾਜ ਸਮਝਾਉਂਦੇ, ਜੇਕਰ ਤੁਸੀਂ ਨਾਮ ਧਨ ਨੂੰ ਹਾਸਿਲ ਕਰਨਾ ਚਾਹੁੰਦੇ ਹੋ, ਮਾਲਕ ਨੂੰ ਮਿਲਣਾ ਚਾਹੁੰਦੇ ਹੋ, ਫਿਰ ਤੁਹਾਨੂੰ ਇਸ ਦੇਸ਼ ਨੂੰ ਛੱਡਣਾ ਪਏਗਾ, ਇਹਨਾਂ ਤ੍ਰੈ ਗੁਣਾਂ ਨੂੰ ਛੱਡਣਾ ਪਏਗਾ, ਇਸ ਮਾਇਆ ਦੇ ਦੇਸ਼ ਤੋਂ ਉੱਪਰ ਉੱਠਣਾ ਪਏਗਾ। ਉੱਥੋਂ ਆਪਣਾ ਦੇਸ਼ ਸ਼ੁਰੂ ਹੁੰਦਾ ਹੈ। ਹੁਣ ਕੀ ਸਮਝਾਉਂਦੇ ਮਹਾਰਾਜ, ਕਹਿੰਦੇ ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਰਾ। ਕਹਿੰਦੇ ਵੀ ਉਹਦੇ ਕੋਲ ਸਭ ਤੋਂ ਕੀਮਤੀ ਚੀਜ਼ ਨਾਮ ਹੈ, ਜਿਸ ਨੂੰ ਨਾਮ ਬਖਸ਼ਿਸ਼ ਕਰਕੇ ਨਾਲ ਨਾਮ ਦੀ ਅਤੇ ਆਪ ਦੀ ਭਾਵ ਕੇ ਸੱਚ ਦੀ ਸਿਫਤ ਸਲਾਹ ਬਖਸ਼ਿਸ਼ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਫਿਰ ਕੀ ਹੁੰਦਾ, ਕਹਿੰਦੇ ਉਸ ਨੂੰ ਪਾਤਸ਼ਾਹ ਦਾ ਪਾਤਸ਼ਾਹ ਬਣਾ ਦਿੰਦਾ। ਮਹਾਰਾਜ ਕੀ ਸਮਝਾਉਂਦੇ, ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਕਿਉਂਕਿ ਸੰਸਾਰ ਦਾ ਜਿਹੜਾ ਬਾਦਸ਼ਾਹ ਹੈ ਉਹ ਸਿਰਫ ਇਸ ਤਰਲੋਕੀ ਤੱਕ ਸੰਬੰਧ ਰੱਖਦਾ ਹੈ। ਸੰਸਾਰ ਦਾ ਰਿਜਕ ਉਸਦੇ ਕੋਲ ਜ਼ਿਆਦਾ ਹੁੰਦਾ, ਉਸਦਾ ਹੁਕਮ ਚੱਲਦਾ ਸੰਸਾਰ ਦੇ ਵਿੱਚ, ਲੇਕਿਨ ਇਹ ਖੇਲ ਕੁਛ ਸਮੇਂ ਵਾਸਤੇ ਹੁੰਦਾ ਹੈ। ਉਸ ਤੋਂ ਬਾਅਦ ਉਹ ਸਰੀਰ ਨੂੰ ਛੱਡ ਕੇ ਇੱਥੋਂ ਚਲਾ ਜਾਂਦਾ ਹੈ। ਲੇਕਿਨ ਹੁਣ ਜਿਨ੍ਹਾਂ ਨੂੰ ਮਾਲਕ ਨਾਮ ਬਖਸ਼ਿਸ਼ ਕਰਕੇ ਸਿਫਤ ਸਲਾਹ ਬਖਸ਼ਿਸ਼ ਕਰਦਾ, ਉਹ ਜੋ ਵੀ ਇੱਥੇ ਕਰਮ ਕਰਦੇ ਨੇ ਉਹਨਾਂ ਦਾ ਕਰਮ ਕੀ ਹੁੰਦਾ, ਨਾਮ ਜਪਣਾ, ਨਾਮ ਜਪਾਉਣਾ, ਮਾਲਕ ਦੀ ਉਸਤਤ ਕਰਨੀ, ਜੀਵਾਂ ਨੂੰ ਸੁਣਾਉਣੀ, ਤ੍ਰੈਗੁਣਾਂ ਤੋਂ ਪਠਾਉਣਾ, ਉਹ ਜੋ ਵੀ ਕਰਦੇ ਨੇ ਉਹ ਸਾਰਾ ਕੀਤਾ ਹੋਇਆ ਕਾਰਜ, ਕੀਤਾ ਹੋਇਆ ਕਰਮ ਉਹਨਾਂ ਦੇ ਨਾਲ ਜਾਂਦਾ। ਉਹ ਸਾਰੀ ਆਪਦੀ ਸਵਾਸਾਂ ਦੀ ਪੂੰਜੀ ਇਸ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਂਦੇ ਨੇ। ਜਿਵੇਂ ਹੁਣ ਤੁਸੀਂ ਸਿਮਰਨ ਕਰ ਰਹੇ ਹੋ, ਇਹ ਤੁਸੀਂ ਧਰਮ ਦੀ ਕਿਰਤ ਕਰ ਰਹੇ ਹੋ। ਮਹਾਰਾਜ ਕਹਿੰਦੇ ਕਿਰਤ ਵਿਰਤ ਕਰ, ਧਰਮ ਦੀ ਹੱਥੋਂ ਦੇ ਕੇ ਬਲਾ ਮਨਾਇਆ। ਹੁਣ ਮਹਾਰਾਜ ਕੀ ਕਹਿੰਦੇ, ਕਹਿੰਦੇ ਧਰਮ ਦਿਰੜੋ ਹਰ ਨਾਮ ਧਿਆਓ, ਸਿਮਰਤ ਨਾਮ ਦ੍ਰਿੜਾਇਆ। ਇਹ ਹੁਣ ਤੁਹਾਡੀ ਹੱਕ ਸੱਚ ਦੀ ਕਮਾਈ ਹੈ, ਹੱਕ ਅਤੇ ਸੱਚ ਦੀ, ਕਿਉਂਕਿ ਸੱਚ ਪਰਮਾਤਮਾ, ਅਸੀਂ ਉਹਨੂੰ ਯਾਦ ਕਰ ਰਹੇ। ਦ੍ਰਿਸ਼ਟਮਾਨ ਤੌਰ 'ਤੇ ਜਿਹੜਾ ਅਸੀਂ ਕਰਮ ਕਰਦੇ ਹਾਂ ਉਹਦੇ ਵਿੱਚ ਸਾਨੂੰ ਸਮਝਾਇਆ ਜਾਂਦਾ ਵੀ ਕੋਈ ਬੇਈਮਾਨੀ ਨਹੀਂ ਕਰਨੀ, ਠੀਕ ਹੈ, ਜਸਾ ਸੰਤੋਖ ਦਾ ਸਾਥ ਲੈ ਕੇ ਕਰਮ ਕਰਨਾ। ਲੇਕਿਨ ਜਿਹੜਾ ਇਹ ਧਨ ਹੋਏਗਾ ਇਸ ਦਾ ਇੱਕੋ ਹੀ ਕਰਮ ਹੈ ਕਿ ਤੁਹਾਡੇ ਸਰੀਰ ਦਾ ਨਿਰਵਾਹ ਹੋਏਗਾ, ਸਰੀਰ ਵਾਸਤੇ ਹੈ। ਲੇਕਿਨ ਜਿਹੜਾ ਤੁਸੀਂ ਧਨ ਇਕੱਠਾ ਕਰਨਾ ਉਹ ਨਾਮ ਧਨ, ਉਹ ਤੁਹਾਡੇ ਮਨ ਵਾਸਤੇ ਹੈ। ਇਹ ਧਨ ਵਾਸਤੇ ਹੈ, ਉਹ ਤੁਹਾਡੇ ਮਨ ਵਾਸਤੇ ਹੈ। ਇਸ ਧਨ ਨੇ ਵੀ ਇੱਥੇ ਰਹਿ ਜਾਣਾ, ਸੰਸਾਰ ਦੇ ਧਨ ਨੇ ਵੀ ਇੱਥੇ ਰਹਿ ਜਾਣਾ।
लेकिन नाल एको ही जाना जो तुसी सिमरन भजन बंदगी करोगे जिन्हों महाराज समझाते हैं कि साथ ना चाले बिन भजन बिख्या सगली चार हर हर नाम कमावना नानक ए धन सार। आज जिहड़ा हुण तुसी सिमरन करते हो कीर्तन सरवण करते हो कथा सरवण करते हो शब्द की कमाई कर रहे हो इस धन ने तुहाडे नाल जाना आपका निजी काम कर रहे हो जिन्हों महाराज समझाते केंद्र अपने कार्य को क्यों अलकाइए जिस सिमरत दरगाह मुख उजल सदा सदा सुख पाइए। ये अपना कार्य जिहड़ा आप कर रहे हैं ये नाल साडा मुख उजल होंदा जाना। आ तुसी देखो जिवें जिवें आपां सहज में जावांगे आपां नूं ब्रह्म का ज्ञान आएगा फिर असीं चेहरे तो अखां तो अंदाजा ला लैने लई इस जीव का मन कित्थे विचरदा है इस दी दृष्टि विच कौन बैठा है। हुण जदों तुसीं आउंदे हो उदों तुहाडे चेहरे का तुहाडी दृष्टि का हिसाब किताब होर हुंदा जदों एक दिन सिमरन करदे हो उदों होर हुंदा दूजे दिन होर हुंदा तीजे दिन नूं मन वैरागी हो जांदा फिर तां उहदा रूप होना शुरू हो जांदा निर्मल हो जांदा। इस करके गुरमुख प्यारे हुण उस मालक ने किरपा करके आपां नूं मौका दित्ता है आपके घर का कम कर जी असं ये धन हूँ इकट्ठा करा इस दे बदले सानू दरगाह दे विच थां मिलेगी। जिवें तुसी सुनते हो ना भी कई लोग चंद्रमा ते थां खरीद रहे ने पहला रौला पिया ते काफ़ी महंगी सी पता नहीं खरीदी कि नहीं किसी ने पर रौला बहुत पिया। इस तरह हम महाराज कहते भी तुम्हें दरगाह के थां त मिलेगी जे दुनिया के रेंदे हुए तुसी गुरु ते सतगुरु की सेवा करोगे गुरु ते सतगुरु की नाम की ते सच की। महाराज की समझाते कहते दुनिया सेव कमाइए तो दरगे वैसन पाइए। हुण इत्थे सेवा असीं माँ प्यो की भी करनी होंदी है टीचर साहिबानां दी होर लोड़वंदां दी भी करनी होंदी है ये जिहड़ी सेवा है ये साडे मन नूं सतों गुण हट के लैके जांदी है। माता पिता की सेवा किसी लोड़वंद की सेवा किसी गरीब की सेवा किसी बीमार की सेवा इहदे नाल साडे अंदर दया वधदी है जस संतोख वध उस तो अगे फिर मालक कृपा करता साढ़े ते फिर सानू सिमरन कर लाउंदा नाम जपन लाउंदा जिसनू महाराज समझाउंदे कहिंदे से सिमरे जिन आप सिमराए नानक तां के लागू पाए। हुण आपां इह सारा परिवार इन्हां त्रै गुणां तों उपर उठ के आपदे घर का काम कर रहे जिवें जिवें आप उसनू याद करांगे उसके गुणों विचारांगे सुणांगे वो साडे अंदर वसते जाणगे ते जदों जिवें जिवें संगत करते गए उहदे आले गुण अपने च प्रवेश हो गए ते महाराज कहिंदे हर जन हर दुए एक है बेबे विचार किश नाही वो फिर गुरमुख प्यारे साडा मन सहज में रहन लग पेगा। जदों असी सहज में वसन लग पैने उदों साडे मन में नौकर कहिंदे चाकर कहिंदे गोला कहिंदे महाराज समझाउंदे कहिंदे चाकर तेरा सोई होए जे सहज रहा समाए कहिंदे तुसी उहदे घर का संदेशा देना तां उहदे चाकर हो जे तुसी उहदे घरों बाहर आ गए त्रैगुणा च आ गए फिर तुसी उस मालक का संदेशा नहीं दोगे फिर काल का संदेशा दोगे। इस करके तुसी चाकर बन के रहना सही दे विच रहना
ਅਤੇ ਜਦੋਂ ਸਾਡਾ ਮਨ ਸਹਿਜ ਵਿੱਚ ਹੁੰਦਾ ਉਹ ਇਸ ਰਸਨਾ ਦਾ ਇਸਤੇਮਾਲ ਕਰਦਾ ਜਾਂ ਸਤਿਪੁਰਖ ਕਰਦਾ ਜਾਂ ਮਾਲਕ ਆਪ ਕਰਦਾ ਉਦੋਂ ਜਿਹੜੇ ਸਾਡੇ ਬਚਨ ਹੁੰਦੇ ਨੇ ਉਹ ਸਹਿਜ ਵਿੱਚ ਹੁੰਦੇ ਨੇ ਉਦੋਂ ਫਿਰ ਉਸ ਨੂੰ ਇਕੱਠ ਕਹਾਣੀ ਕਹਿੰਦੇ ਆ ਕਿਵੇਂ ਅਸੀਂ ਵਿਛੜੇ ਅਤੇ ਕਿਵੇਂ ਅਸੀਂ ਮਿਲਣਾ ਹੁਣ ਆਓ ਆਪਾਂ ਇਹ ਵਿਚਾਰ ਕਰਨੀ ਹੈ ਕੱਲ੍ਹ ਆਪਾਂ ਸਮਝ ਲਿਆ ਸੀ ਕਿ ਸਾਡਾ ਜਿਹੜਾ ਆਕਾਰ ਆ ਉਹ ਕਿਸ ਤਰ੍ਹਾਂ ਹੋਂਦ ਵਿੱਚ ਆਇਆ ਹੁਣ ਮਹਾਰਾਜ ਸਾਨੂੰ ਸਮਝਾਉਂਦੇ ਵੀ ਜਿੱਥੇ ਅਸੀਂ ਵੱਸ ਰਹੇ ਹਾਂ ਸਾਰੇ ਜੀਵ ਜਿਸ ਨੂੰ ਆਪਾਂ ਧਰਤੀ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਧਰਮਸਾਲ ਦਾ ਨਾਮ ਦਿੱਤਾ ਮਹਾਰਾਜ ਕੀ ਸਮਝਾਉਂਦੇ ਕਹਿੰਦੇ ਇਹਨਾਂ ਤੱਤਾਂ ਨੂੰ ਇਕੱਠਾ ਕੀਤਾ ਇੱਕ ਥਾਂ 'ਤੇ ਅਤੇ ਇੱਕ ਆਕਾਰ ਹੋਂਦ ਵਿੱਚ ਆ ਗਿਆ ਕੀ ਸਮਝਾਉਂਦੇ ਕਹਿੰਦੇ ਪੌਣ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇੱਕ ਆਕਾਰ ਹੋਂਦ ਵਿੱਚ ਆਇਆ ਫਿਰ ਇਸ ਦੇ ਉੱਪਰ ਜੀਵ ਸਾ ਦਿੱਤੇ ਮਹਾਰਾਜ ਕਹਿੰਦੇ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਠੀਕ ਹੈ ਜੀ ਸਮਝਿਆ ਸੀ ਕੱਲ੍ਹ ਪੌਣ ਪਾਣੀ ਬਸੰਤਰ ਦਾ ਖੇਲ ਆਪਾਂ ਠੀਕ ਹੈ ਜੀ ਹੁਣ ਆ ਇਸ ਤਰੀਕੇ ਨਾਲ ਧਰਤੀ ਹੋਂਦ ਵਿੱਚ ਆ ਗਈ ਅਤੇ ਮਹਾਰਾਜ ਕਹਿੰਦੇ ਇੱਕ ਧਰਤੀ ਨਹੀਂ ਕਈ ਧਰਤੀਆਂ ਨੇ ਧਰਤੀ ਹੋਰ ਪਰੇ ਹੋਰ ਹੋਰ ਤਿਸ 'ਤੇ ਭਾਰ ਤਲੇ ਕਮਜ਼ੋਰ ਹੁਣ ਮਹਾਰਾਜ ਕਹਿੰਦੇ ਵੀ ਆਹ ਧਰਤੀ ਹੈ ਆਕਾਸ਼ ਹੈ ਇਹਦੇ ਉੱਪਰ ਫਿਰ ਧਰਤੀ ਹੈ ਫਿਰ ਆਕਾਸ਼ ਹੈ ਫਿਰ ਧਰਤੀ ਹੈ ਕਹਿੰਦੇ ਨੇ ਵੀ ਹੁਣ ਤੁਸੀਂ ਵਿਚਾਰੋ ਕਹਿੰਦੇ ਜੇ ਕੋ ਹੋਏ ਬਹੇ ਸਚਿਆਰ ਧਵਲੇ ਉੱਪਰ ਕੀਤਾ ਭਾਰ ਕਹਿੰਦੇ ਤੁਸੀਂ ਕਹਿੰਦੇ ਹੋ ਕਿ ਧਵਲ ਇੱਕ ਬਲਦ ਆ ਉਹਨੇ ਧਰਤੀ ਨੂੰ ਚੁੱਕਿਆ ਹੋਇਆ ਹੈ ਕਹਿੰਦੇ ਜੇਕਰ ਫਿਰ ਬਲਦ ਨੇ ਇੱਕ ਧਰਤੀ ਨੂੰ ਚੁੱਕਿਆ ਹੋਇਆ ਹੈ ਤਾਂ ਫਿਰ ਧਰਤੀਆਂ ਤਾਂ ਬਹੁਤ ਨੇ ਫਿਰ ਕਿੰਨਾ ਭਾਰ ਹੋ ਗਿਆ ਉਹਦੇ ਉੱਤੇ ਹੁਣ ਮਹਾਰਾਜ ਸਾਨੂੰ ਸਮਝਾਉਂਦੇ ਵੀ ਜੋ ਸਾਰੀਆਂ ਧਰਤੀਆਂ ਨੇ ਇਹ ਚੰਦਰਮਾ ਸੂਰਜ ਇਹ ਵੀ ਕਈ ਨੇ ਸਾਰੇ ਉਸ ਮਾਲਕ ਨੇ ਨਾਮ ਦੇ ਵਿੱਚ ਪਰੋਏ ਹੋਏ ਨੇ ਅਤੇ ਨਾਮ ਦੇ ਆਸਰੇ ਖੜ੍ਹੇ ਨੇ ਸਾਰੇ ਜਿਸ ਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਹੁਣ ਗੁਰਮੁਖ ਪਿਆਰਿਓ ਉਸ ਮਾਲਕ ਨੇ ਕੀ ਕੀਤਾ ਹੋਇਆ ਇੱਕ ਧਰਤੀ ਬਣਾਈ ਫਿਰ ਉਹਦੇ ਦੁਆਲੇ ਇੱਕ ਧਵਲ ਬਣਾ ਦਿੱਤਾ ਇਸ ਨੂੰ ਸਾਇੰਸ ਨਿਊਟਰਲ ਪੁਆਇੰਟ ਕਹਿੰਦੀ ਹੈ ਗੁਰੂ ਨਾਨਕ ਦੇਵ ਜੀ ਨੇ ਇਹਨੂੰ ਧਵਲ ਕਿਹਾ ਹੁਣ ਗੁਰਮੁਖ ਪਿਆਰਿਓ ਇਸ ਤੋਂ ਉੱਪਰ ਫਿਰ ਗ੍ਰਹਿ ਨੇ ਜਿਵੇਂ ਆਪਣੇ ਨੌ ਖੰਡ ਨੇ ਹੁਣ ਇਹਨਾਂ ਗ੍ਰਹਿਆਂ ਦੀ ਜਿੰਨੀ ਕੁ ਸ਼ਕਤੀ ਦੀ ਸਾਨੂੰ ਲੋੜ ਹੈ ਇਸ ਧਵਲ ਦੇ ਰਾਹੀਂ ਉਨੀ ਹੀ ਇੱਥੇ ਪ੍ਰਵੇਸ਼ ਹੁੰਦੀ ਹੈ ਇੱਕ ਰੱਖਿਆ ਚੱਕਰ ਹੈ ਸਾਡਾ ਵੀ ਅਤੇ ਇਸ ਧਰਤੀ ਦਾ ਵੀ ਸਮਝ ਰਹੇ ਹੋ ਜੀ ਗ੍ਰਹਿਆਂ ਦੀ ਸ਼ਕਤੀ ਜਿੰਨੀ ਸਾਨੂੰ ਚਾਹੀਦੀ ਹੈ ਜਿੰਨੀ ਸੂਰਜ ਦੀ ਗਰਮੀ ਸਾਨੂੰ ਚਾਹੀਦੀ ਹੈ ਉਨੀ ਇਸ ਧਵਲ ਦੇ ਰਾਹੀਂ ਇੱਥੇ ਪ੍ਰਵੇਸ਼ ਹੁੰਦੀ ਹੈ ਲੇਕਿਨ ਜਿਹੜਾ ਇਹ ਧਰਮ ਧਵਲ ਆ ਇਹ ਧਰਮ ਦੇ ਆਸਰੇ ਖੜ੍ਹਾ ਹੈ ਧੌਲ ਧਰਮ ਦਇਆ ਕਾ ਭੂਤ ਸੰਤੋਖ ਥਾਪ ਰੱਖਿਆ ਜਿਨ ਸੋ ਜਦੋਂ ਧਰਮ ਘਟਦਾ ਲੋਕ ਨਾਮ ਜਪਣਾ ਘੱਟ ਕਰ ਦਿੰਦੇ ਨੇ ਮਾਲਕ ਨੂੰ ਭੁੱਲ ਜਾਂਦੇ ਨੇ ਸਾਇੰਸ ਦੀ ਤਰੱਕੀ ਹੁੰਦੀ ਹੈ ਉਦੋਂ ਦ੍ਰਿਸ਼ਟ ਮਨ ਗਿਆਨ ਵੱਧਦਾ ਜਿਵੇਂ ਅੱਜ ਵਧਿਆ ਹੋਇਆ ਹੁਣ ਫਿਰ ਅਸੀਂ ਲੋਕਾਂ ਨੇ ਸਾਡੀਆਂ ਲੋੜਾਂ ਇੱਥੇ ਬਹੁਤ ਵਧੀਆ ਤਰੀਕੇ ਨਾਲ ਪੂਰੀਆਂ ਹੋ ਰਹੀਆਂ ਸੀ ਲੇਕਿਨ ਸਾਡਾ ਮਨ ਤ੍ਰੈਗੁਣਾਂ ਵਿੱਚ ਜਾਣ ਕਰਕੇ ਸਾਡੇ ਅੰਦਰ ਤ੍ਰਿਸ਼ਨਾ ਵੱਧ ਗਈ ਅਸੀਂ ਹੋਰ ਗ੍ਰਹਿਆਂ ਨਾਲ ਸੰਪਰਕ ਬਣਾਉਣਾ ਸ਼ੁਰੂ ਕੀਤਾ ਉਹਦੇ ਵਾਸਤੇ ਅਸੀਂ ਐਸੇ ਯੰਤਰ ਬਣਾਏ ਜਿਨ੍ਹਾਂ ਨੂੰ ਜਦੋਂ ਅਸੀਂ ਧਰਤੀ ਤੋਂ ਛੱਡਦੇ ਹਾਂ ਉਹ ਇੱਥੇ ਜਾ ਕੇ ਰੁਕ ਜਾਂਦੇ ਨੇ ਧਵਲ ਪੁਆਇੰਟ ਧਵਲ ਦੇ ਉੱਪਰ ਜਿਹੜੀ ਵੀ ਚੀਜ਼ ਇੱਥੇ ਪਹੁੰਚਦੀ ਉਹ ਇੱਕ ਵਾਰ ਰੁਕ ਜਾਂਦੀ ਜਾ ਕੇ
ਜਿਵੇਂ ਹੁਣ ਆਪਾਂ ਕੋਈ ਚੀਜ਼ ਉੱਪਰ ਨੂੰ ਸਿੱਟਦੇ ਹੋ ਥੱਲੇ ਨੂੰ ਆਉਂਦੀ ਹੈ, ਉਹ ਧਰਤੀ ਦਾ ਖਿੱਚ ਵਾਲਿਆ ਉਹ ਥੱਲੇ ਨੂੰ ਖਿੱਚਦੀ ਹੈ। ਇਸੇ ਤਰ੍ਹਾਂ ਇੱਕ ਐਸੀ ਜਗ੍ਹਾ ਹੈ ਜਿੱਥੇ ਧਰਤੀ ਦੀ ਕਸ਼ਿਸ਼ ਵੀ ਖਤਮ ਹੋ ਜਾਂਦੀ ਹੈ ਅਤੇ ਉੱਪਰਲੇ ਗ੍ਰਹਿਆਂ ਦੀ ਕਸ਼ਿਸ਼ ਹਜੇ ਸ਼ੁਰੂ ਨਹੀਂ ਹੁੰਦੀ। ਜਿਹੜਾ ਉਹ ਵਿਚਕਾਰਲਾ ਪੁਆਇੰਟ ਉਹਨੂੰ ਧਵਲ ਕਿਹਾ ਗਿਆ, ਨਿਊਟਰਲ ਪੁਆਇੰਟ ਕਿਹਾ ਗਿਆ। ਹੁਣ ਸਾਇੰਸ ਦੀ ਤਰੱਕੀ ਹੋਣ ਕਰਕੇ, ਮਨਮਤ ਵਧਣ ਕਰਕੇ ਅਸੀਂ ਜੀਵ ਜੋ ਰਾਕਟ ਭੇਜਦੇ ਹਾਂ, ਉਪਗ੍ਰਹਿ ਸੈਟੇਲਾਈਟ ਕਹਿੰਦੇ ਜਿਨ੍ਹਾਂ ਨੂੰ ਅਸੀਂ, ਉਹਨਾਂ ਨੂੰ ਜਦੋਂ ਅਸੀਂ ਭੇਜਦੇ ਹਾਂ ਤਾਂ ਉਹ ਧਵਲ ਦੇ ਵਿੱਚ ਜਾ ਕੇ ਰੁਕ ਜਾਂਦੇ ਆ। ਧਵਲ ਇੱਕ ਪਰਤ ਹੈ, ਬੜੀ ਬਰੀਕ ਸੂਖਮ ਹੈ ਖੇਲ। ਹੁਣ ਗੁਰਮੁਖ ਪਿਆਰਿਓ, ਜੋ ਦ੍ਰਿਸ਼ਟਮਾਨ ਤੌਰ 'ਤੇ ਉਸ ਧਵਲ ਦੇ ਉਸ ਜੋ ਇਹ ਨਿਊਟਰਲ ਪੁਆਇੰਟ ਹੈ, ਜੋ ਇਹਦੇ ਨਾਲ ਕੁਦਰਤ ਵੱਲੋਂ ਐਲੀਮੈਂਟ ਫਿਕਸ ਕੀਤੇ ਗਏ ਆ, ਉਹ ਜਦੋਂ ਫਿਰ ਉੱਥੋਂ ਸੈਟੇਲਾਈਟ ਨੂੰ ਅੱਗੇ ਤੋਰਨ ਵਾਸਤੇ ਇੱਕ ਬੜਾ ਵੱਡਾ ਬਲਾਸਟ ਕਰਦੇ ਆ, ਧਮਾਕਾ ਕਰਦੇ ਆ, ਫਿਰ ਉਸ ਤੋਂ ਅੱਗੇ ਚੱਲਦਾ ਉਹ ਧਮਾਕਾ ਜਦੋਂ ਹੁੰਦਾ ਹੈ, ਇਸ ਧਵਲ ਦਾ ਸੰਤੁਲਨ ਵਿਗੜਦਾ ਉਦੋਂ, ਸਮਝ ਰਹੇ ਹੋ ਜੀ, ਇਸ ਧਵਲ ਦਾ ਸੰਤੁਲਨ ਵਿਗੜਦਾ ਜਿੱਥੋਂ ਦੀ ਉਹ ਰਾਕਟ ਜਾਂਦਾ ਆਉਂਦਾ, ਜਿੱਥੋਂ ਦੀ ਉਹ ਬਲਾਸਟ ਹੁੰਦਾ, ਉੱਥੋਂ ਦੀ ਦੂਸਰੇ ਗ੍ਰਹਿਆਂ ਦੀ ਸ਼ਕਤੀ ਨੂੰ ਲੋੜ ਤੋਂ ਵੱਧ ਪ੍ਰਵੇਸ਼ ਹੋਣ ਦਾ ਮੌਕਾ ਮਿਲ ਜਾਂਦਾ, ਜਿਸ ਕਰਕੇ ਫਿਰ ਇੱਥੋਂ ਦਾ ਸੰਤੁਲਨ ਵਿਗੜਦਾ ਸਾਰਾ। ਫਿਰ ਇੱਥੇ ਕੁਦਰਤੀ ਆਫਤਾਂ ਆਉਂਦੀਆਂ, ਬਹੁਤ ਕੁਛ ਬੜਾ ਨੁਕਸਾਨ ਹੁੰਦਾ, ਕਈ ਇਸ ਤਰ੍ਹਾਂ ਦਾ ਸੂਖਮ ਨੁਕਸਾਨ ਹੁੰਦਾ ਜੋ ਸਾਡੀ ਪਕੜ ਤੋਂ ਬਾਹਰ ਆ। ਹੁਣ ਗੁਰਮੁਖ ਪਿਆਰਿਓ, ਇਸ ਧਵਲ ਤੋਂ ਅੱਗੇ ਫਿਰ ਧਰਤੀ ਬਣਾਤੀ, ਫਿਰ ਉਹਦਾ ਧਵਲ ਬਣਾਤਾ, ਇਸ ਤਰੀਕੇ ਨਾਲ ਸਾਰਾ ਖੇਲ ਮਾਲਕ ਨੇ ਚਲਾਇਆ ਹੋਇਆ। ਹੁਣ ਗੁਰਮੁਖ ਪਿਆਰਿਓ, ਇਸ ਧਰਤੀ ਦੇ ਉੱਪਰ ਆਪਾਂ ਜੀਵ ਵੱਸ ਰਹੇ, ਲੇਕਿਨ ਹੁਣ ਆਪਾਂ ਇੰਨਾ ਹੀ ਖੇਲ ਸਮਝਣਾ, ਬਹੁਤੇ ਹੋਰ ਗਿਆਨ ਦੀ ਆਪਾਂ ਨੂੰ ਲੋੜ ਨਹੀਂ, ਕਿ ਅਸੀਂ ਹੁਣ ਕਿਵੇਂ ਇਹਨਾਂ ਤ੍ਰੈ ਗੁਣਾਂ ਦੇ ਵਿੱਚੋਂ ਨਿਕਲੀਏ ਅਤੇ ਆਪਦੇ ਮਾਤਾ ਪਿਤਾ ਨੂੰ ਮਿਲੀਏ। ਆਪਾਂ ਵੀ ਧਵਲ ਪਾਰ ਕਰਨਾ, ਆਪਣਾ ਧਵਲ ਪਾਰ ਕਰਨ ਦਾ ਤਰੀਕਾ ਵੀ ਸ਼ਬਦ ਦੇ ਰਾਹੀਂ ਹੈ। ਉਸ ਧਵਲ ਦੇ ਵਿੱਚ ਜਾ ਕੇ ਆਪਣੇ ਅੰਦਰ ਵੀ ਧਮਾਕਾ ਹੋਏਗਾ, ਠੀਕ ਹੈ ਜੀ, ਫਿਰ ਆਪਣਾ ਮਨ ਉਸ ਤੋਂ ਅੱਗੇ ਚੱਲੇਗਾ। ਜਿਹਨੂੰ ਮਹਾਰਾਜ ਗੁਰਬਾਣੀ ਵੀ ਸਮਝਾਉਂਦੇ ਨੇ, ਕਹਿੰਦੇ ਪੰਚੇ ਸ਼ਬਦ ਵਜੇ ਮਤ ਗੁਰਮਤਿ, ਵਡਭਾਗੀ ਅਨਹਦ ਵਜਿਆ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ। ਜਦੋਂ ਉਹ ਮਾਲਕ ਬੋਲੇਗਾ, ਬੜਾ ਜ਼ਬਰਦਸਤ ਧਮਾਕਾ ਹੋਏਗਾ, ਠੀਕ ਹੈ ਜੀ। ਉਹ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਕਈ ਵਾਰੀ ਸਾਡਾ ਮਨ ਡਰ ਜਾਂਦਾ ਹੈ। ਹੁਣ ਆਪਾਂ ਪ੍ਰੈਕਟੀਕਲ ਕਰ ਰਹੇ, ਇਸੇ ਕਰਕੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਰੋਮ ਰੋਮ ਸਿਮਰਨ ਜਿਹੜਾ ਵੱਧ ਤੋਂ ਵੱਧ ਕੀਤਾ ਜਾਏ ਅਤੇ ਨਾਲ ਸ਼ਬਦਾਂ ਨੂੰ ਸੁਣਿਆ ਜਾਏ। ਜਦੋਂ ਆਪਣੇ ਅੰਦਰ ਧਮਾਕਾ ਹੋਏ, ਜੋ ਉਹਦੇ ਵਿੱਚੋਂ ਲਾਈਟ ਪ੍ਰਕਾਸ਼ ਪੈਦਾ ਹੋਏ, ਉਸ ਧਮਾਕੇ ਦੀ ਆਵਾਜ਼ ਅਤੇ ਉਹ ਪ੍ਰਕਾਸ਼ ਸਹਿਜ ਸੁਭਾਈ ਫਿਰ ਇੱਥੇ ਸਾਡੇ ਸਰੀਰ ਦੇ ਵਿੱਚ ਸਮਾ ਜਾਂਦਾ। ਜਿਵੇਂ ਜਿਵੇਂ ਆਪਾਂ ਪ੍ਰੈਕਟੀਕਲ ਕਰਾਂਗੇ, ਆਪਾਂ ਨੂੰ ਭੇਤ ਲੱਗਦਾ ਜਾਏਗਾ। ਲੇਕਿਨ ਹੁਣ ਗੁਰਮੁਖ ਪਿਆਰਿਓ, ਆਹ ਜਿਹੜਾ ਆਦਮੀ ਹੈ, ਇਹ ਮਨਮੁੱਖ ਆ, ਇਸ ਨੇ ਜਿਉਂ ਇਸ ਸੰਸਾਰ ਦੇ ਵਿੱਚ ਪ੍ਰਵੇਸ਼ ਹੋਇਆ, ਕਦੇ ਸੋਚਿਆ ਹੀ ਨਹੀਂ, ਕਦੇ ਵਿਚਾਰਿਆ ਹੀ ਨਹੀਂ ਕਿ ਮੇਰਾ ਜਿਹੜਾ ਮਾਨਸ ਜੰਮ ਹੈ ਇਸ ਦਾ ਕੀ ਮਕਸਦ ਆ। ਇਹ ਸੁਬਾ ਰੋਜ਼ ਇਸ ਰਸਤੇ ਦੇ ਰਾਹੀਂ ਸਰੀਰ ਵਿੱਚ ਪ੍ਰਵੇਸ਼ ਹੋ ਜਾਂਦਾ, ਰਜੋ ਗੁਣ 'ਤੇ ਆ ਕੇ ਕਰਮ ਕਰਦਾ, ਕਰਮ ਕਰਦਾ ਹੋਇਆ ਲੋਭ ਲਹਿਰ ਵਿੱਚ ਚਲਾ ਜਾਂਦਾ, ਲੋੜ ਤੋਂ ਵੱਧ ਕਰਮ ਕਰਦਾ, ਅਤੇ ਫਿਰ ਜਦੋਂ ਕਰਮ ਦੇ ਨਾਲ ਨਾਲ ਇਸ ਦਾ ਕਿਸੇ ਨਾਲ ਵਿਚਾਰਾਂ ਦਾ ਟਕਰਾਅ ਹੁੰਦਾ ਅਤੇ ਤਮੋ ਗੁਣ ਹੱਟ 'ਤੇ ਚਲਾ ਜਾਂਦਾ, ਇੱਥੋਂ ਇਸ ਰਸਤੇ ਨੂੰ ਪੈ ਜਾਂਦਾ, ਗੁੱਸੇ ਦੇ ਨਾਲ ਲੜਨ ਬੋਲਣ ਲੱਗ ਪੈਂਦਾ, ਮਾੜੇ ਸ਼ਬਦ ਬੋਲਦਾ। ਹੁਣ ਇਸਨੇ ਸੰਸਾਰ ਦਾ ਧਨ ਇਕੱਠਾ ਕਰ ਲਿਆ, ਪੜ੍ਹਿਆ ਲਿਖਿਆ, ਅਤੇ ਜੇ ਕੋਈ ਇਸ ਨੂੰ ਬੇਨਤੀ ਕਰਦਾ ਕਿ ਵੀਰ ਜੀ ਤੁਸੀਂ ਸੰਗਤ ਵਿੱਚ ਆਇਆ ਕਰੋ, ਮਹਾਰਾਜ ਦਾ ਨਾਂ ਲਿਆ ਕਰੋ, ਇਹ ਕਹਿੰਦਾ ਜੀ ਮੈਨੂੰ ਸਭ ਭੇਤ ਆ, ਮੈਨੂੰ ਕੁਝ ਦੱਸਣ ਦੀ ਲੋੜ ਨਹੀਂ, ਜੇ ਮੇਰੇ ਕੋਲ ਕੋਈ ਦਿਮਾਗ ਆ ਤਾਂ ਹੀ ਮੈਂ ਆ ਕਾਰੋਬਾਰ ਆਪਦੇ ਪਿਓ ਨਾਲੋਂ ਦੁੱਗਣਾ ਕਰ ਲਿਆ, ਮੈਂ ਪੜ੍ਹਿਆ ਲਿਖਿਆ, ਮੈਂ ਗੁਰਬਾਣੀ ਘਰ ਪੜ੍ਹ ਲੈਂਦਾ,
ਮੈਨੂੰ ਕੁਛ ਦੱਸਣ ਦੀ ਲੋੜ ਨਹੀਂ। ਹੁਣ ਗੁਰਮੁਖ ਪਿਆਰਿਓ, ਇਹ ਜਿਹੜਾ ਗੁਰਬਾਣੀ ਪੜ੍ਹਦਾ ਹੈ, ਹੁਣ ਇਹਦਾ ਗੁਰਬਾਣੀ ਪੜ੍ਹਨ ਦਾ ਤਰੀਕਾ ਕੀ ਹੈ? ਮਹਾਰਾਜ ਕੀ ਸਮਝਾਉਂਦੇ? ਕਹਿੰਦੇ ਇਹਨੇ ਸੰਸਾਰ ਦੀ ਵਿੱਦਿਆ ਹਾਸਿਲ ਕੀਤੀ ਆ, ਜਿਵੇਂ ਹੁਣ ਗੁਰਬਾਣੀ ਆਪਣੀ ਜਿਹੜੀ ਪੰਜਾਬੀ ਦੇ ਵਿੱਚ ਲਿਖੀ ਹੋਈ ਹੈ, ਹੁਣ ਇਹਨੇ ਪੰਜਾਬੀ ਦਾ ਗਿਆਨ ਹਾਸਿਲ ਕੀਤਾ ਅਤੇ ਅੱਖਰ ਇਹਨੂੰ ਉਠਾਉਣੇ ਆਉਂਦੇ ਨੇ। ਇਹ ਬੜੇ ਵਧੀਆ ਤਰੀਕੇ ਨਾਲ ਗੁਰਬਾਣੀ ਪੜ੍ਹਦਾ ਹੈ। ਕਿਵੇਂ ਪੜ੍ਹਦਾ? ਜਿਵੇਂ ਇਸਨੇ ਕਿਤਾਬਾਂ ਪੜ੍ਹੀਆਂ ਨੇ ਵਿਆਕਰਨ ਦੇ ਹਿਸਾਬ ਨਾਲ। ਮਹਾਰਾਜ ਕੀ ਸਮਝਾਉਂਦੇ? ਕਹਿੰਦੇ ਪੁਸਤਕ ਪਾਠ ਵਿਆਕਰਨ ਬਖਾਣੀ ਸੰਧਿਆ ਕਰਮ ਤਕਾਲ ਕਰੇ। ਇਹ ਹੁਣ ਇੱਕ ਪੁਸਤਕ ਦੀ ਤਰ੍ਹਾਂ ਗੁਰਬਾਣੀ ਨੂੰ ਪੜ੍ਹ ਰਿਹਾ ਵਿਆਕਰਨ ਦੇ ਹਿਸਾਬ ਨਾਲ, ਲੇਕਿਨ ਸ਼ਬਦ ਦਾ ਇਸ ਨੂੰ ਭੇਤ ਨਹੀਂ। ਇਸ ਨੂੰ ਨਿਯਮ ਬੰਨ ਲਿਆ, ਸੁਬਾਹ ਪੜ੍ਹ ਲੈਣੀ, ਦੁਪਹਿਰਾਂ ਨੂੰ ਪੜ੍ਹ ਲੈਣੀ, ਸ਼ਾਮਾਂ ਨੂੰ ਪੜ੍ਹ ਲੈਣੀ। ਪੁਸਤਕ ਪਾਠ ਵਿਆਕਰਨ ਬਖਾਣੇ ਸੰਧਿਆ ਕਰਮ ਤਕਾਲ ਕਰੇ, ਬਿਨ ਗੁਰ ਸ਼ਬਦ ਮੁਕਤ ਕਹਾਂ ਪੁਰਾਣੀ, ਰਾਮ ਨਾਮ ਬਿਨ ਉਰਜ ਮਰੇ। ਹੁਣ ਗੁਰੂ ਦੇ ਸ਼ਬਦ ਹੈ, ਇਸ ਨੂੰ ਭੇਤ ਨਹੀਂ। ਇਹ ਗੁਰਬਾਣੀ ਵਿਚਾਰਾਂ ਦੇ ਵਿੱਚ ਪੜ੍ਹਦਾ, ਇੱਧਰੋਂ ਗੁਰਬਾਣੀ ਪੜ੍ਹ ਰਿਹਾ, ਉੱਧਰੋਂ ਨੂੰ ਫਿਕਰ ਹੈ ਕਿ ਆਹ ਕੰਮ ਮੇਰਾ ਕਰਨ ਵਾਲਾ, ਮੈਂ ਛੇਤੀ ਕਰਾਂ, ਪਾਠ ਕਰਾਂ ਅਤੇ ਫਿਰ ਕੰਮ ਕਰਾਂ। ਜਾਂ ਹੋਰ ਜਿਹੜਾ ਕੋਈ ਇਹਦਾ ਸੰਸਾਰ ਦੇ ਵਿੱਚ ਕਿਸੇ ਨਾਲ ਵਿਚਾਰਾਂ ਦਾ ਚੱਕਰ ਆ, ਉਸ ਪਾਸੇ ਇਸ ਦਾ ਧਿਆਨ ਚੱਲ ਰਿਹਾ। ਲੇਕਿਨ ਹੁਣ ਜਿਹੜੀ ਅਸੀਂ ਗੁਰਬਾਣੀ ਪੜ੍ਹਨੀ, ਉਹ ਕਿਵੇਂ ਪੜ੍ਹਨੀ ਆ? ਇਹ ਤਾਂ ਮਨਮੁੱਖ ਆ, ਤੁਸੀਂ ਗੁਰਮੁਖ ਹੋ, ਸਿਮਰਨ ਕਰ ਰਹੇ ਹੋ। ਆਪਾਂ ਜਦੋਂ ਗੁਰਬਾਣੀ ਨੂੰ ਪੜ੍ਹਨਾ, ਪੜ੍ਹ ਕੇ ਕੰਨਾਂ ਦੇ ਨਾਲ ਸੁਣਨਾ, ਸੁਣ ਕੇ ਉਸ ਨੂੰ ਵਿਚਾਰਨਾ ਲਈ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ, ਫਿਰ ਵਿਚਾਰ ਕੇ ਉਸ ਨੂੰ ਮੰਨਣਾ। ਹੁਣ ਤੁਸੀਂ ਦੇਖੋ, ਆਪਾਂ ਗੁਰਬਾਣੀ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਓ, ਕੱਲ ਕਲੇਸ਼ ਤਨ ਮਾਹੇ ਮਿਟਾਓ। ਕਹਿੰਦੇ ਤੁਸੀਂ ਸਿਮਰਨ ਕਰੋ, ਸਿਮਰਨ ਕਰੋਗੇ ਪੌਣ ਸਮ ਹੋ ਜਾਏਗੀ, ਵਿਚਾਰ ਖਤਮ ਹੋ ਜਾਣਗੇ ਅਤੇ ਕਲੇਸ਼ ਖਤਮ ਹੋ ਜਾਏਗਾ। ਹੁਣ ਕਲੇਸ਼ ਕੀ ਹੈ? ਸਾਡੇ ਵਿਚਾਰ, ਦੋ ਪਤੀ ਪਤਨੀ ਨੇ ਮੰਨ ਲਓ, ਹੁਣ ਕਿਤੇ ਪਤੀ ਆਇਆ ਬਾਹਰੋਂ, ਪਤਨੀ ਘਰ ਹੈ ਨਹੀਂ, ਮੰਨ ਲਓ, ਸਪੋਜ਼ ਕਰ ਲਓ। ਹੁਣ ਉਸਨੇ ਪ੍ਰਸ਼ਾਦਾ ਛਕਣਾ, ਉਹ ਵੀ ਸੱਚਾ, ਉਹਨੂੰ ਭੁੱਖ ਲੱਗੀ। ਜਿਉਂ ਹੀ ਵਿਚਾਰ ਅੰਦਰ ਆਏ, ਵਧੇ ਲੈ ਵੀ ਹੈ, ਮਨ ਐਟ ਏ ਟਾਈਮ ਸੱਜੇ ਪਾਸੇ ਚਲਾ ਗਿਆ। ਸੱਜੇ ਪਾਸੇ ਸਾਡੇ ਸੂਰਜ ਹੈ, ਤਪਸ਼ ਵੱਧ ਗਈ ਅੰਦਰ। ਜਦੋਂ ਤਪਸ਼ ਵੱਧਦੀ ਹੈ, ਸਾਨੂੰ ਗੁੱਸਾ ਆਉਂਦਾ, ਵਿਚਾਰ ਸ਼ੁਰੂ ਹੋ ਗਏ, ਸਖਤ ਬੋਲਣਾ ਸ਼ੁਰੂ ਕਰਦਾ ਅਤੇ ਵਿਚਾਰਾਂ ਦਾ ਟਕਰਾਅ ਹੋਣਾ ਸ਼ੁਰੂ ਹੋ ਗਿਆ। ਇਹ ਸਾਡੇ ਸਾਰੇ ਘਰਾਂ ਦੇ ਵਿੱਚ ਇੱਕੋ ਜਿਹੀ ਕਹਾਣੀ ਚੱਲਦੀ ਹੈ। ਇਹ ਨਹੀਂ ਇਕੱਲੇ ਪਤੀ, ਕਈ ਥਾਵਾਂ 'ਤੇ ਬੀਬੀਆਂ ਨੇ ਵੀ ਕਿਰਪਾ, ਠੀਕ ਹੈ ਜੀ, ਬੀਬੀਆਂ ਨੇ ਵੀ ਕੰਟਰੋਲ ਕਰ ਰੱਖਿਆ। ਜੇ ਪਤੀ ਕਿਤੇ ਦਹਿਣੇ ਪਾਏ ਚਲਾ ਗਿਆ, ਤਾਂ ਉਹ ਵੀ ਸੂਰਜ ਵਾਲੇ ਪਾਸੇ ਚਲੀਆਂ ਜਾਂਦੀਆਂ ਨੇ, ਠੀਕ ਹੈ ਜੀ, ਵਿਚਾਰਾਂ ਦਾ ਟਕਰਾਅ ਉੱਥੇ ਵੀ ਸ਼ੁਰੂ ਹੋ ਜਾਂਦਾ। ਹੁਣ ਜੇ ਵਿਚਾਰਾਂ ਦਾ ਟਕਰਾਅ ਹੋ ਗਿਆ, ਸਾਡੀ ਮੱਤ ਤਾਂ ਖਤਮ ਹੋ ਗਈ ਪਤੀ ਪਤਨੀ ਦੀ, ਹੁਣ ਘਰ 'ਚ ਹੋਰ ਕੋਈ ਸਮਝਾਉਣ ਵਾਲਾ ਹੈ ਨਹੀਂ ਸਾਨੂੰ। ਅਤੇ ਜਦੋਂ ਅਸੀਂ ਸੱਜੇ ਪਾਸੇ ਜਾ ਵੜੀਏ, ਜੇਕਰ ਮਾਂ ਪਿਓ ਘਰ 'ਚ ਬੈਠਾ ਵੀ ਹੈ, ਉਹਦੀ ਅਸੀਂ ਸੁਣਦੇ ਨਹੀਂ। ਕਿਉਂ ਨਹੀਂ ਸੁਣਦੇ? ਕਿ ਉਹਨਾਂ ਨਾਲੋਂ ਸੰਸਾਰ ਦੀ ਵਿੱਦਿਆ ਸਾਨੂੰ ਜ਼ਿਆਦਾ ਆਉਂਦੀ ਹੈ। ਅਸੀਂ ਅੰਗਰੇਜ਼ੀ ਜਾਣਦੇ ਹਾਂ, ਹਿੰਦੀ ਜਾਣਦੇ ਹਾਂ, ਹੋਰ ਭਾਸ਼ਾ ਜਾਣਦੇ ਹਾਂ, ਉਹ ਵਿਚਾਰੇ ਇਕੱਲੀ ਪੰਜਾਬੀ ਜਾਣਦੇ ਨੇ, ਅਸੀਂ ਉਹਨਾਂ ਦੀ ਸੁਣਦੇ ਹੀ ਨਹੀਂ। ਉਸ ਤੋਂ ਅੱਗੇ ਰਹਿ ਗਿਆ ਗੁਰੂ, ਫਿਰ ਅਸੀਂ ਪਾਠ ਕਰਦੇ ਜਾਂ ਗੁਰਬਾਣੀ ਸੁਣਦੇ। ਜੇ ਤੁਸੀਂ ਇਸ ਤਰੀਕੇ ਨਾਲ ਗੁਰਬਾਣੀ ਸੁਣੋਗੇ ਜਾਂ ਪੜ੍ਹੋਗੇ, ਤਾਂ ਤੁਹਾਡਾ ਕਲੇਸ਼ ਖਤਮ ਹੋ ਜਾਏਗਾ। ਜਦੋਂ ਤੁਸੀਂ ਸੁਣਿਆ, ਮੇਰੇ ਚਲੋ ਸੁਖਮਨੀ ਸਾਹਿਬ ਦੀ ਬਾਣੀ ਲਾ ਲਈਏ ਭਾਈ, ਉਹਦੇ 'ਚ ਮਹਾਰਾਜ ਨੇ ਕਹਿਣਾ ਵੀ ਸਿਮਰੋ ਸਿਮਰ ਸਿਮਰ ਸੁਖ ਪਾਓ, ਕੱਲ ਕਲੇਸ਼ ਤਨ ਮਾਹੇ ਮਿਟਾਓ। ਸਾਨੂੰ ਚੇਤਾ ਆ ਜਾਣਾ ਵੀ ਅੱਜ ਸਾਡੇ ਘਰ 'ਚ ਕਲੇਸ਼ ਪੈ ਗਿਆ, ਇਹਨਾਂ ਪੰਜਾਂ ਨੇ ਪਾਤਾ, ਅਤੇ ਆਪਾਂ ਸਿਮਰਨ ਕਰਾਂਗੇ, ਵਾਹਿਗੁਰੂ ਵਾਹ, ਅਤੇ ਕਲੇਸ਼ ਖਤਮ ਹੋ ਜਾਏਗਾ। ਸਮਝ ਗਏ ਜੀ? ਇਹ ਹੈ ਗੁਰਬਾਣੀ ਪੜ੍ਹਨ ਦਾ ਤਰੀਕਾ। ਗੁਰਬਾਣੀ ਪੜ੍ਹਨ ਦੀ ਬਹੁਤ ਵਧੀਆ ਗੱਲ ਹੈ, ਵੱਡੇ ਭਾਗਾਂ ਦੀ ਨਿਸ਼ਾਨੀ ਆ। ਗੁਰਬਾਣੀ ਨੂੰ ਵਿਚਾਰਨਾ ਉਸ ਤੋਂ ਵਧੀਆ ਗੱਲ ਆ, ਅਤੇ ਮੰਨਣਾ ਸਭ ਤੋਂ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਜਿਵੇਂ ਤੁਸੀਂ ਮੰਨ ਰਹੇ ਹੋ ਗੁਰਬਾਣੀ ਗੁਰੂ ਦੇ ਹੁਕਮ ਨੂੰ,
ਮੰਨ ਰਹੇ ਹੋ। ਸਮਝ ਗਏ ਜੀ? ਲੇਕਿਨ ਇਹ ਕੀ ਕਰਦਾ, ਵਿਚਾਰਾਂ 'ਚ ਪੜ੍ਹਿਆ ਪੜ੍ਹ ਰਿਹਾ ਗੁਰਬਾਣੀ, ਨਾਲੇ ਦੇਖ ਰਿਹਾ ਵੀ ਸ੍ਰੀ ਕਾਮੇ ਕੰਮ ਕਰ ਰਹੇ ਨੇ, ਨਾਲੇ ਗੁਰਬਾਣੀ ਪੜ੍ਹ ਰਿਹਾ। ਜੇ ਉਹ ਕੰਮ ਸਹੀ ਨਹੀਂ ਕਰਦੇ ਵਿੱਚੋਂ ਟੋਕ ਦਿੰਦਾ, ਉਹ ਮੱਝ ਨੂੰ ਪਾਣੀ ਪਿਆ। ਇਹ ਇਸ ਤਰੀਕੇ ਨਾਲ ਪੜ੍ਹਦਾ, ਸਮਝ ਗਏ? ਇਹਦਾ ਮਨ ਨੇ ਪੜ੍ਹਨ ਦੀ ਮਨ ਵਿਚਾਰਾਂ 'ਚ ਭੱਜਿਆ ਫਿਰਦਾ, ਇਸ ਕਰਕੇ ਇਹਦੇ ਕੋਲ ਬਾਣੀ ਤੋਂ ਕੁਛ ਹੋਰ ਤਾਂ ਹਾਸਲ ਨਹੀਂ ਇਹ ਕਰ ਸਕਦਾ। ਸਿਰਫ ਇੱਕ ਹਉਮੈ ਹਾਸਲ ਕਰ ਲੈਂਦਾ ਵੀ ਮੈਂ ਵੀ ਪਾਠ ਕਰਨਾ, ਮੈਨੂੰ ਨਹੀਂ ਲੋੜ। ਹੁਣ ਗੁਰਮੁਖ ਪਿਆਰਿਓ, ਫਿਰ ਇਹਨੂੰ ਕੋਈ ਗੁਰਮੁਖ ਬੇਨਤੀ ਕਰਦਾ ਵੀ ਮਿੱਤਰਾ ਆ ਜਾ, ਕੋਈ ਨਹੀਂ, ਚੰਗਾ ਵਧੀਆ ਗੱਲ ਹੈ ਜੇ ਗੁਰਬਾਣੀ ਪੜ੍ਹਦਾ ਅਤੇ ਸੰਗਤ 'ਚ ਆ ਜਾ, ਉੱਥੇ ਸੰਗਤ ਸਿਮਰਨ ਕਰਦੀ ਆ, ਕੀਰਤਨ ਹੁੰਦਾ ਉੱਥੇ, ਕੀਰਤਨ ਸੁਣ ਸਿਮਰਨ ਕਰ। ਉਹ ਕਹਿੰਦਾ ਮੈਨੂੰ ਆਉਂਦਾ ਸਿਮਰਨ ਕਰਨਾ, ਮੈਨੂੰ ਕੀਰਤਨ ਕਰਨਾ ਵੀ ਆਉਂਦਾ, ਮੈਨੂੰ ਸਭ ਜਾਣਕਾਰੀ ਹੈ। ਹੁਣ ਗੁਰਮੁਖ ਪਿਆਰਿਓ ਜਿਹੜਾ ਇਹ ਸਿਮਰਨ ਕਰਦਾ, ਇਹ ਗੁਰੂ ਤੋਂ ਨਹੀਂ ਪੁੱਛਦਾ ਵੀ ਸਿਮਰਨ ਮੈਂ ਕਿਵੇਂ ਕਰਾਂ, ਇਹ ਆਪਦੀ ਮਰਜ਼ੀ ਨਾਲ ਜਿਵੇਂ ਇਸਨੂੰ ਸੂਤ ਆਉਂਦਾ ਇਹ ਕਰਦਾ। ਇਹ ਕਹਿੰਦਾ ਵੀ ਸਿਮਰਨ ਕਿਤੋਂ ਸਿੱਖਣ ਦੀ ਲੋੜ ਨਹੀਂ। ਇਹ ਇਹੋ ਜਿਹੀਆਂ ਧਾਰਨਾ ਦਿੰਦਾ ਵੀ ਬੱਚੇ ਨੇ ਜਦੋਂ ਮਾਂ ਨੂੰ ਯਾਦ ਕਰਨਾ ਹੈ ਤਾਂ ਉਹਨੂੰ ਕੋਈ ਸਿਖਾਉਂਦਾ ਵੀ ਮਾਂ ਨੂੰ ਕਿਵੇਂ ਯਾਦ ਕਰਨਾ, ਲੇਕਿਨ ਇਹ ਨਹੀਂ ਸਮਝਦਾ ਵੀ ਉਹ ਤਾਂ ਬੱਚਾ, ਉਹਦਾ ਤਾਂ ਮਾਂ ਨੂੰ ਆਪਾ ਸਮਰਪਣ ਆ, ਅਤੇ ਤੇਰੇ ਤਾਂ ਵਿਚਾਰ ਹੀ ਨਹੀਂ ਰੁਕਦੇ, ਤੂੰ ਤਾਂ ਤ੍ਰੈ ਗੁਣਾਂ ਦੇ ਵਿੱਚ, ਤੂੰ ਤਾਂ ਆਪਦੇ ਮਾਂ ਪਿਓ ਨੂੰ ਭੁੱਲ ਹੀ ਗਿਆ, ਤੂੰ ਤਾਂ ਜਾਣਦਾ ਹੀ ਨਹੀਂ ਪਰਮਾਤਮਾ ਨੂੰ। ਹੁਣ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਜਿਹੜਾ ਨਾਮ ਹੈ ਨਾ, ਉਹ ਸਾਨੂੰ ਸੰਤਾਂ ਸਾਧੂਆਂ ਭਗਤਾਂ ਗੁਰਮੁਖਾਂ ਤੋਂ ਜਪਣਾ ਸਿੱਖਣਾ ਪੈਂਦਾ। ਮਹਾਰਾਜ ਕੀ ਸਮਝਾਉਂਦੇ, ਕਹਿੰਦੇ ਸਾਧੂ ਸੰਗ ਸਿਖਾਇਓ ਨਾਮ, ਸਗਲ ਮਨੋਰਥ ਪੂਰਨ ਕਾਮ। ਕਹਿੰਦੇ ਜੇਕਰ ਤੁਸੀਂ ਸਿੱਖ ਲਿਆ ਨਾ ਨਾਮ ਜਪਣਾ ਸਿਮਰਨ ਕਰਨਾ, ਤਾਂ ਲੋਕ ਅਤੇ ਪ੍ਰਲੋਕ ਦੇ ਮਨੋਰਥ ਪੂਰੇ ਹੋ ਜਾਣਗੇ। ਕਹਿੰਦੇ ਆਪਦੇ ਘਰ ਚਲੇ ਜਾਓਗੇ, ਨਾਮ ਦਾ ਖਜ਼ਾਨਾ ਹਾਸਲ ਕਰ ਲਓਗੇ। ਅਤੇ ਹੁਣ ਜਿਵੇਂ ਇਹ ਕਰਦਾ, ਇਹ ਹੁਣ ਕਰਦਾ ਤਾਂ ਬਹੁਤ ਹੈ, ਕੰਮ 'ਤੇ ਤੁਰਿਆ ਫਿਰਦਾ ਵੀ ਨਾਲ ਚੱਲੀ ਜਾਂਦਾ ਕੰਮ, ਥੱਕ ਜਾਂਦਾ। ਮਹਾਰਾਜ ਕੀ ਕਹਿੰਦੇ, ਕਹਿੰਦੇ ਮਨਮੁੱਖ ਹਰ ਹਰ ਕਰ ਥੱਕੇ, ਮੈਲ ਨਾ ਸਕੇ ਧੋਏ। ਕਹਿੰਦੇ ਅੰਦਰੋਂ ਮੈਲ ਨਹੀਂ ਜਾਂਦੀ, ਗਾਲਾਂ ਕੱਢਦਾ, ਮਾੜਾ ਬੋਲਦਾ, ਠੱਗੀਆਂ ਧੋਖੇ ਕਰਦਾ। ਸਮਝ ਆ ਗਈ ਜੀ ਦੋ ਗੱਲਾਂ ਦੀ, ਇਹਦੇ ਗੁਰਬਾਣੀ ਪੜ੍ਹਨ 'ਚ ਅਤੇ ਸਿਮਰਨ ਕਰਨ 'ਚ, ਅਤੇ ਇੱਕ ਗੁਰਮੁਖ ਦੇ ਗੁਰਬਾਣੀ ਪੜ੍ਹਨ ਅਤੇ ਸਿਮਰਨ ਕਰਨ 'ਚ ਕੀ ਅੰਤਰ, ਸਮਝ ਰਹੇ ਹੋ ਜੀ? ਠੀਕ ਹੈ। ਹੁਣ ਇਹ ਕਹਿੰਦਾ ਮੈਂ ਕੀਰਤਨ ਵੀ ਕਰ ਲੈਂਦਾ, ਇਹ ਕੀਰਤਨ ਵੀ ਕਰਦਾ, ਲੋਕਾਂ ਨੂੰ ਵੀ ਸੁਣਾਉਂਦਾ ਕਰਕੇ। ਹੁਣ ਇਹ ਕੀਰਤਨ ਦੀ ਜਿਹੜੀ ਵਿੱਦਿਆ ਹਾਸਲ ਕੀਤੀ ਹੋਈ ਹੈ, ਰਾਗ ਹਾਸਲ ਕੀਤੇ ਨੇ, ਇਹ ਹੁਣ ਹਾਰਮੋਨੀਅਮ ਅਤੇ ਤਬਲੇ ਦੀ ਤਾਲ 'ਤੇ ਚੱਲਦਾ ਨਾਲ। ਜੇ ਕਿਤੇ ਤਬਲਾ ਨਾਲ ਨਹੀਂ ਮਿਲਦਾ ਤਾਂ ਇਹ ਤਮੋ ਗੁਣ ਹੱਟ 'ਤੇ ਆ ਜਾਂਦਾ, ਸਮਝ ਗਏ? ਇਹ ਹੁਣ ਕੀਰਤਨ ਫਿਰ ਕੌਣ ਕਰ ਰਹੇ ਸੀ? ਇਹ ਪੰਜੇ ਜਣੇ, ਮਨ ਸੁੱਤਾ ਸੀ। ਹੁਣ ਮਹਾਰਾਜ ਸਾਨੂੰ ਕੀ ਸਮਝਾਉਂਦੇ ਨੇ, ਕਹਿੰਦੇ ਜਿਹੜਾ ਕੀਰਤਨ ਹੈ ਉਹ ਸਾਡੇ ਮਨ ਨੇ ਕਰਨਾ। ਜਦੋਂ ਸਾਡਾ ਮਨ ਤ੍ਰੈਗੁਣਾਂ ਤੋਂ ਉੱਪਰ ਉੱਠੇਗਾ, ਨਾਮ 'ਚ ਸਮਾਏਗਾ, ਨਾਮ ਸਮਾ ਕੇ ਉਹ ਸੱਚ ਦੇ ਸਨਮੁਖ ਹੋ ਜਾਏਗਾ, ਉਹ ਸਿਰਫ ਇੱਕ ਕੋਇਲ ਦੀ ਤਰ੍ਹਾਂ ਉਸ ਮਾਲਕ ਦਾ ਨੌਕਰ ਹੁੰਦਾ ਹੋਇਆ ਉਹ ਆਪਦੇ ਮਾਤਾ ਪਿਤਾ ਦੀ ਉਸਤਤ ਕਰੇਗਾ, ਆਪਦੀ ਉਹ ਭਾਸ਼ਾ ਬੋਲੇਗਾ। ਉਹਨੇ ਸਿਰਫ ਉਹਦੀ ਉਸਤਤ ਕਰਨੀ, ਉਹ ਸਾਹਮਣੇ ਦੇਖ ਰਿਹਾ। ਅਤੇ ਜਿਹੜੇ ਸੁਣਨ ਵਾਲੇ ਨੇ, ਜਿਨ੍ਹਾਂ ਦੇ ਭਾਗ ਚੰਗੇ ਨੇ, ਉਹਨਾਂ ਨੇ ਉਸ ਦੇ ਨਾਲ ਰਲ ਜਾਣਾ, ਉਹਨਾਂ ਦੀ ਸੁਰਤੀ ਬਿਰਤੀ ਨੇ, ਅਤੇ ਉਹਨੇ ਕੀ ਕਰਨਾ, ਉਹਨਾਂ ਦੀਆਂ ਸੁਰਤੀਆਂ ਨੂੰ ਤ੍ਰੈ ਗੁਣਾਂ ਤੋਂ ਉੱਪਰ ਚੱਕ ਲੈਣਾ, ਆਨੰਦ ਦੀ ਅਵਸਥਾ ਵਿੱਚ ਲੈ ਜਾਣਾ। ਇਸ ਕਰਕੇ ਗੁਰਮੁਖ ਪਿਆਰਿਓ, ਹੁਣ ਇਹ ਜਿਹੜਾ ਮਨਮੁਖ ਇਹ ਹਉਮੈ ਵਿੱਚ ਆ, ਲਈ ਮੈਨੂੰ ਕੋਈ ਸੰਗਤ ਕਰਨ ਦੀ ਲੋੜ ਨਹੀਂ, ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਕਿਸੇ ਦੀ ਸੰਗਤ 'ਚ ਬੈਠਣ ਦੀ ਲੋੜ ਨਹੀਂ, ਮੈਂ ਸਭ ਕੁਛ ਜਾਣਦਾ। ਫਿਰ ਇਹ ਕੀ ਕਰਦਾ, ਇਹ ਤੀਰਥਾਂ 'ਤੇ ਜਾਂਦਾ, ਤੀਰਥਾਂ 'ਤੇ ਜਾ ਕੇ ਉੱਥੇ ਲੰਗਰ ਲਾਉਂਦਾ, ਕੰਬਲ ਵੰਡਦਾ, ਅਤੇ ਉੱਥੇ ਨਾਂ ਲਿਖਾ ਕੇ ਆਉਂਦਾ, ਇੱਥੇ ਆ ਕੇ ਦੱਸਦਾ ਵੀ ਮੈਂ ਉੱਥੇ ਫਲਾਣੇ ਤੀਰਥ 'ਤੇ ਗਿਆ ਸੀ ਅਤੇ ਆਹ ਕੁਛ ਉੱਥੇ ਦਾਨ ਪੁੰਨ ਕਰਕੇ ਆਇਆ। ਮਹਾਰਾਜ ਸਾਨੂੰ ਗੁਰਬਾਣੀ ਵੀ ਸਮਝਾਉਂਦੇ, ਕਹਿੰਦੇ ਵੀ ਇਸ ਨੂੰ ਮਨ ਦੇ ਤੀਰਥ ਦਾ ਭੇਤ ਨਹੀਂ, ਤਨ ਦਾ ਤੀਰਥ ਜਿੱਥੇ ਜਾਓਗੇ ਤਨ ਦੀ ਮੈਲ ਧੋ ਕੇ ਆਓਗੇ, ਅਤੇ ਲੇਖਾ ਦੇਣਾ ਮਨ ਨੇ। ਅਤੇ ਮਹਾਰਾਜ ਕਹਿੰਦੇ ਮਨ ਮੈਲੇ ਤਾਂ
ਸਭ ਕਿਛੁ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਇਹ ਜੱਗ ਭਰਮ ਭੁਲਾਇਆ, ਵਿਰਲਾ ਬੁੱਝੇ ਕੋਏ। ਹੁਣ ਗੁਰਮੁਖ ਪਿਆਰਿਓ ਇਹ ਜਾਂਦਾ ਹੈ ਦਾਨ ਪੁੰਨ ਕਰਿਆ ਆਉਂਦਾ। ਦਾਨ ਪੁੰਨ ਕਾਹਦੇ 'ਚੋਂ ਕਰਦਾ? ਜਿਹੜੀ ਕਮਾਈ ਉਹਦੀ ਤ੍ਰੈਗੁਣਾਂ ਦੀ ਹੈ, ਹੱਕ ਸੱਚ ਦੀ ਨਹੀਂ। ਗਲਤ ਤਰੀਕੇ ਨਾਲ ਧਨ ਇਕੱਠਾ ਕੀਤਾ। ਅਤੇ ਮਹਾਰਾਜ ਕੀ ਸਮਝਾਉਂਦੇ ਨੇ? ਵੀ ਕਹਿੰਦੇ ਇਹ ਭਾਵਾਂ ਕਰੋੜਾਂ ਤੀਰਥਾਂ 'ਤੇ ਜਾ ਵੜੇ, ਜਿੰਨਾ ਚਿਰ ਸਤਸੰਗਤ ਦੇ ਵਿੱਚ ਨਹੀਂ ਆਉਂਦਾ ਇਹਦੇ ਮਨ ਦੀ ਮੈਲ ਨਹੀਂ ਉਤਰਨੀ। ਕੀ ਸਮਝਾਉਂਦੇ? ਕਹਿੰਦੇ ਕੋਟ ਤੀਰਥ ਮੰਜਨ ਇਸ਼ਨਾਨਾ, ਇਸ ਕਲਮੇ ਮੈਲ ਭਰੀਜੇ। ਸਾਧ ਸੰਗਤ ਜੋ ਹਰ ਗੁਣ ਗਾਵੇ, ਸੋ ਨਿਰਮਲ ਕਰ ਲੀਜੇ। ਆਓ ਹੁਣ ਆਪਾਂ ਉਹਦੇ ਗੁਣ ਗਾਈਏ, ਆਪਦੇ ਇਸ ਮਨ ਨੂੰ ਨਿਰਮਲ ਕਰੀਏ। ਤੁਸੀਂ ਪੂਰੇ ਧਿਆਨ ਨਾਲ ਆਪਦੇ ਇਸ ਆਵਾਜ਼ ਨੂੰ ਸੁਣਨਾ। ਜਿਵੇਂ ਜਿਵੇਂ ਉਹਦੇ ਸਮਾਓਗੇ ਅੰਮ੍ਰਿਤ ਆਏਗਾ, ਫਿਰ ਸਾਡੇ ਮਨ ਦਾ ਇਸ਼ਨਾਨ ਹੋਏਗਾ। ਆਓ ਕਰੋ ਜੀ ਸ਼ੁਰੂ। ਵਾਹ ਕਿਰ 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 ਕਿਰ ਵਾਹ ਕਿਰ ਵਾਹ ਕਿਰ ਵਾਹ ਕਿਰ ਵਾਹ ਕਿਰ ਵਾਹ ਕਿਰ ਵਾਹ ਕਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਗੁਰਮੁਖ ਪਿਆਰਿਓ ਆਪਾਂ ਇਸ ਤਰੀਕੇ ਨਾਲ ਸਿਮਰਨ ਕਰਾਂਗੇ, ਮਨ ਦੀ ਮੈਲ ਉਤਰੇਗੀ, ਮਨ ਸਹਿਜ ਵਿੱਚ ਜਾਏਗਾ, ਨਾਮ ਪ੍ਰਗਟ ਹੋ ਜਾਏਗਾ, ਉਦੋਂ ਸਾਡੇ ਅੰਦਰ ਅੰਮ੍ਰਿਤਸਰ ਤੀਰਥ ਬਣੇਗਾ। ਉੱਥੇ ਫਿਰ ਅੰਮ੍ਰਿਤ ਸਾਡੇ ਅੰਦਰ ਬਹੁਤ ਵੱਧ ਜਾਂਦਾ, ਉੱਥੇ ਫਿਰ ਸਾਡੇ ਮਨ ਦਾ ਇਸ਼ਨਾਨ ਹੁੰਦਾ, ਜਿਹਨੂੰ ਮਹਾਰਾਜ ਕਹਿੰਦੇ ਕਿ ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਾਹੇ। ਲੇਕਿਨ ਇਹ ਸਿਰਫ ਤਨ ਦਾ ਇਸ਼ਨਾਨ ਕਰ ਰਿਹਾ। ਅਤੇ ਹੁਣ ਤੁਸੀਂ ਦੇਖੋ, ਆਪਾਂ ਸਮਝ ਲਿਆ ਵੀ ਇਸ ਤਨ ਨੂੰ ਤਾਂ ਅਸੀਂ ਛੱਡ ਕੇ ਜਾਣਾ, ਇਹਦੀ ਸਫਾਈ ਸਾਨੂੰ ਗਿਆਨ ਅਸੀਂ ਕਰਦੇ ਹਾਂ ਜਲ ਦੇ ਨਾਲ। ਹੁਣ ਇਹ ਕੀ ਕਰ ਰਿਹਾ? ਨਾਲ ਨਾਲ ਕਥਾ ਵੀ ਕਰਦਾ। ਜਦੋਂ ਇਹ ਕਥਾ ਕਰਦਾ, ਕਿਉਂਕਿ ਨਾਮ ਦਾ ਇਸ ਨੂੰ ਭੇਦ ਨਹੀਂ, ਮਹਾਰਾਜ ਕਹਿੰਦੇ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਈ। ਹੁਣ ਇਸ ਦੇ ਅੰਦਰ ਹਉਮੈ ਨਾਮ ਦਾ ਭੇਦ ਨਹੀਂ। ਹਉਮੈ ਦੇ ਵਿੱਚ ਕੀਤਾ ਹੋਇਆ ਦਾਨ ਪੁੰਨ, ਨਾਤੇ ਹੋਏ ਤੀਰਥ ਕਿਸੇ ਕੰਮ ਨਹੀਂ ਆਉਂਦੇ। ਮਹਾਰਾਜ ਕੀ ਕਹਿੰਦੇ? ਕਹਿੰਦੇ ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਭਉ ਉਤਰੀ ਨਾਤਿਆਂ, ਦੋ ਭਉ ਚੜੀਐਸ ਹੋਰ। ਹੁਣ ਗੁਰਮੁਖ ਪਿਆਰਿਓ ਫਿਰ ਇਹ ਆਪਦੇ ਸੰਗੀ ਸਾਥੀਆਂ ਨੂੰ ਕਥਾ ਵੀ ਸੁਣਾਉਂਦਾ। ਅਤੇ ਮਹਾਰਾਜ ਕਹਿੰਦੇ ਵੀ ਇਹ ਤ੍ਰੈਗੁਣਾਂ ਦੇ ਵਿੱਚ ਜਦੋਂ ਕਥਾ ਕਰਦਾ, ਕਦੇ ਤਾਂ ਹੌਲੀ ਬੋਲਦਾ, ਕਦੇ ਬੜਾ ਉੱਚੀ ਬੋਲਣ ਲੱਗ ਪੈਂਦਾ, ਕਦੇ ਫਿਰ ਹੌਲੀ ਹੋ ਜਾਂਦਾ, ਫਿਰ ਉੱਚੀ ਬੋਲਣ ਲੱਗ ਪੈਂਦਾ, ਅਤੇ ਬਾਹਾਂ ਨੂੰ ਐਂ ਕਰਦਾ ਹੈ। ਮਹਾਰਾਜ ਕਹਿੰਦੇ ਵੀ ਤੁਸੀਂ ਪਛਾਣੋ ਫਿਰ ਕਥਾ ਕੌਣ ਕਰ ਰਿਹਾ, ਹਉਮੈ ਕਰ ਰਹੀ ਹੈ ਜਾਂ ਕੋਈ ਹੋਰ ਕਰ ਰਿਹਾ। ਇਸ ਕਰਕੇ ਗੁਰਮੁਖ ਪਿਆਰਿਓ ਮਹਾਰਾਜ ਕਹਿੰਦੇ ਵੀ ਜੇ ਇਸ ਦੀ ਬੁੱਧ ਵਿਵੇਕ ਹੁੰਦੀ ਤਾਂ ਇਹਨੇ ਖੇਲ ਨੂੰ ਸਮਝਿਆ ਹੋਣਾ ਸੀ, ਵੀ ਰੌਲਾ ਪਾਉਣ ਦੀ ਲੋੜ ਨਹੀਂ, ਚੀਕਣ ਦੀ ਲੋੜ ਨਹੀਂ। ਜਿਹੜੇ ਜੀਵ ਮਹਾਰਾਜ ਦੇ ਦਰ 'ਤੇ ਆਏ ਨੇ, ਆਪਣੀ ਸਿਰਫ ਡਿਊਟੀ ਇਹਨਾਂ ਨੂੰ ਉਹਦਾ ਹੁਕਮ ਸੁਣਾਉਣਾ, ਇਕੱਠ ਕਹਾਣੀ ਸੁਣਾਉਣਾ।
ਜਿਨ੍ਹਾਂ ਨੂੰ ਉਹ ਸਮਝਾਉਣਾ ਚਾਹੇਗਾ ਸਮਝਾ ਲਏਗਾ। ਲੇਕਿਨ ਇਹਨੂੰ ਇਹ ਭੇਤ ਨਹੀਂ ਮਹਾਰਾਜ ਕੀ ਸਮਝਾਉਂਦੇ, ਜਿਵੇਂ ਆਪਾਂ ਕੱਲ੍ਹ ਸਮਝਿਆ ਸੀ, ਪੌਣ ਪਾਣੀ ਅਗਨੀ ਕਾ ਮੇਲ, ਚੰਚਲ ਚੱਪਲ ਬੁੱਧ ਕਾ ਖੇਲ, ਨੌ ਦਰਵਾਜ਼ੇ ਦਸਵਾਂ ਦੁਆਰ, ਬੁੱਝ ਰੇ ਗਿਆਨੀ ਇਹ ਵਿਚਾਰ। ਅਤੇ ਇਸ ਦੀ ਬੁੱਧ ਵਿਵੇਕ ਨਹੀਂ, ਇਸ ਕਰਕੇ ਮਹਾਰਾਜ ਕੀ ਕਹਿੰਦੇ, ਇਹ ਕਥ ਕਹਾਣੀ ਨਹੀਂ ਕਰਦਾ। ਮਨਮੁੱਖ ਬੁੱਧ ਕਾਚੀ, ਮਨੂਆਂ ਡੋਲੇ ਅਕਥ ਨਾ ਕਥੇ ਕਹਾਣੀ। ਕਹਿੰਦੇ ਇਹ ਤ੍ਰੈਗੁਣਾਂ ਦੀ ਵਿਚਾਰ ਕਰਦਾ, ਕਾਲ ਦਾ ਨਿਭਾਉਂਦਾ, ਵਿਚਾਰ ਕਰਦਾ ਹੋਇਆ ਕਿਸੇ ਨੂੰ ਸ਼ਬਦ ਦੀ ਚੋਟ ਮਾਰ ਦਿੰਦਾ, ਉਹਦੇ ਦਿਲ ਨੂੰ ਤੋੜ ਦਿੰਦਾ, ਦੁੱਖ ਲੱਗਦਾ। ਲੇਕਿਨ ਇਹ ਭੇਤ ਨਹੀਂ ਦਿੰਦਾ ਕਿ ਅਸੀਂ ਇਸ ਭਵ ਸਾਗਰ ਨੂੰ ਕਿਵੇਂ ਪਾਰ ਕਰਨਾ, ਕਿਵੇਂ ਆਪਦੇ ਘਰ ਜਾਣਾ, ਕਿਵੇਂ ਨਾਮ ਪ੍ਰਾਪਤ ਕਰਨਾ। ਹੁਣ ਗੁਰਮੁਖ ਪਿਆਰਿਓ, ਜਿਹੜੀ ਗੁਰਬਾਣੀ ਹੈ ਇਹ ਪੰਜਾਬੀ 'ਚ ਲਿਖੀ ਹੋਈ ਹੈ। ਹੁਣ ਕਿਤਾਬ ਮੂਹਰੇ ਰੱਖ ਕੇ ਤੋਂ ਪੜ੍ਹ ਪੜ੍ਹ ਕੇ, ਕਿਉਂਕਿ ਗਿਆਨ ਆ, ਕੋਈ ਵੀ ਜੀਵ ਦੱਸ ਸਕਦਾ। ਲੇਕਿਨ ਹੁਣ ਗੁਰਮੁਖ ਪਿਆਰੇ ਉਹ ਮਹਾਰਾਜ ਸਾਨੂੰ ਸਮਝਾਉਂਦੇ ਨੇ, ਕਹਿੰਦੇ ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ। ਕਹਿੰਦੇ ਜਿਹਦਾ ਮਨ ਜਾਗ ਪਿਆ ਨਾ, ਜਿਹਨੂੰ ਮਾਲਕ ਨੇ ਜਗਾ ਲਿਆ, ਜਿਸੇ ਜਗਾਏ ਪਿਆਵੇ ਇਹ ਰਸ, ਅਕਥ ਕਥਾ ਤਿੰਨ ਜਾਣੀ। ਅਤੇ ਇਹ ਸਟੇਜ 'ਤੇ ਕਹਿੰਦਾ ਜੀ, ਅਕਥ ਕਥਾ ਤਾਂ ਹੁੰਦੀ ਨਹੀਂ ਜੀ, ਉਹਨੂੰ ਕੋਈ ਕਰ ਹੀ ਨਹੀਂ ਸਕਦਾ ਜੀ, ਉਹ ਕਥ ਦਾ ਮਤਲਬ ਹੀ ਹੈ ਜਿਹੜੀ ਕਥੀ ਨਾ ਜਾਵੇ। ਹੁਣ ਲੇਕਿਨ ਇਹਨੂੰ ਸਮਝ ਨਹੀਂ ਕਿ ਉਸ ਪਰਮਾਤਮਾ ਨੂੰ ਜਿਵੇਂ ਅਸੀਂ ਰਾਮ, ਅੱਲਾਹ, ਵਾਹਿਗੁਰੂ ਕਹਿੰਦੇ ਹਾਂ, ਉਵੇਂ ਉਸਨੂੰ ਅਕਥ ਵੀ ਕਹਿੰਦੇ ਹਾਂ। ਉਸ ਅਕਥ ਤੋਂ ਸਾਡਾ ਮਨ ਕਿਵੇਂ ਵਿਛੜਿਆ ਅਤੇ ਕਿਵੇਂ ਮਿਲੇ, ਇਸ ਸਾਰੀ ਕਹਾਣੀ ਨੂੰ ਅਕਥ ਕਹਾਣੀ ਕਹਿੰਦੇ ਆ, ਜਿਹਦੇ 'ਚ ਸੂਖਮ ਦਾ ਵੀ ਭੇਤ ਆ। ਜਿਵੇਂ ਹੁਣ ਆਪਾਂ ਪੜ੍ਹਦੇ ਗੁਰਬਾਣੀ 'ਚ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਰਾਮ ਕੀ ਹੈ? ਉਹਦੀ ਕਹਾਣੀ ਹੈ, ਇਹ ਅਕਥ ਦੀ ਕਹਾਣੀ ਹੈ, ਠੀਕ ਹੈ ਜੀ। ਲੇਕਿਨ ਉਹ ਆਪਦੀ ਥਾਂ 'ਤੇ ਸੱਚਾ ਇਸ ਕਰਕੇ ਹੈ ਕਿ ਉਹ ਆਪ ਅਜੇ ਤ੍ਰੈਗੁਣਾਂ ਵਿੱਚ, ਇਸ ਕਰਕੇ ਨਹੀਂ ਕਥ ਸਕਦਾ। ਹੁਣ ਮਹਾਰਾਜ ਕਹਿੰਦੇ ਵੀ ਜਿਹੜੇ ਜੀਵ ਤ੍ਰੈਗੁਣਾਂ ਤੋਂ ਉੱਪਰ ਉੱਠ ਗਏ, ਚੌਥੇ ਪੱਜ ਪ੍ਰਵੇਸ਼ ਹੋ ਗਏ, ਪਰਮਾਤਮਾ ਦੇ ਸਨਮੁੱਖ ਹੋ ਗਏ, ਉਹਨਾਂ ਨੂੰ ਸੰਤ ਕਹਿੰਦੇ ਆ। ਉਹ ਫਿਰ ਇਹ ਕਥ ਕਹਾਣੀ ਨੂੰ ਕੱਥਦੇ ਨੇ, ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ, ਕਹਿੰਦੇ ਕਹੇ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਅਤੇ ਜਿਹੜੀ ਅਕਥ ਕਹਾਣੀ ਹੈ ਇਹ ਸਹਿਜ ਵਿੱਚ ਹੁੰਦੀ ਹੈ, ਇੱਥੇ ਸੀਰਾ ਤਾਤਾ ਹੋਣ ਦੀ ਲੋੜ ਨਹੀਂ। ਸਮਝ ਗਏ ਜੀ? ਹਰ ਜਨ ਐਸਾ ਚਾਹੀਏ, ਹਰ ਹੀ ਜੈਸਾ ਹੋਏ। ਲੇਕਿਨ ਜਿੰਨਾ ਚਿਰ ਹਜੇ ਮਨ ਸਾਡਾ ਚੱਲ ਰਿਹਾ ਰਸਤੇ 'ਤੇ, ਉਹ ਕਦੇ ਤਤਾ ਹੁੰਦਾ ਅਤੇ ਕਦੇ ਠੰਡਾ ਹੁੰਦਾ। ਹੁਣ ਗੁਰਮੁਖ ਪਿਆਰਿਓ ਇਸ ਅਵਸਥਾ ਵਿੱਚ ਚੱਲ ਰਿਹਾ, ਕਾਫੀ ਇਸਨੇ ਧਨ ਇਕੱਠਾ ਕਰ ਲਿਆ ਅਤੇ ਲੋਕ ਇਸ ਦਾ ਸਤਿਕਾਰ ਕਰਦੇ ਨੇ, ਕਿਉਂਕਿ ਇਸਨੇ ਇਲਾਕੇ ਦੇ ਵਿੱਚ ਧਨ ਵੰਡਿਆ ਹੋਇਆ ਅਤੇ ਕਾਫੀ ਬੰਦੇ ਇਸ ਤਰ੍ਹਾਂ ਦੇ ਇਹਨੇ ਨਾਲ ਰੱਖੇ ਨੇ, ਜੇ ਕੋਈ ਇਹਨੂੰ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਨੂੰ ਉਹਨਾਂ ਬੰਦਿਆਂ ਦੇ ਰਾਹੀਂ ਡਰਾਉਂਦਾ, ਧਮਕਾਉਂਦਾ। ਇਸ ਕਰਕੇ ਇਹਦੇ ਅੱਗੇ ਕੋਈ ਡਰਦਾ ਬੋਲਦਾ ਨਹੀਂ, ਆਪਦੀ ਇੱਛਾ ਅਨੁਸਾਰ ਵਿਆਜ ਲਾਉਂਦਾ ਅਤੇ ਧਨ ਬਹੁਤ ਜ਼ਿਆਦਾ ਇਕੱਠਾ ਹੋ ਰਿਹਾ। ਲੇਕਿਨ ਇਸ ਨੂੰ ਇਹ ਭੇਤ ਨਹੀਂ ਵੀ ਤੂੰ ਇੱਕ ਦਿਨ ਇੱਥੋਂ ਜਾਣਾ, ਇਹ ਭੁੱਲਿਆ ਹੋਇਆ। ਹੁਣ ਗੁਰਮੁਖ ਪਿਆਰਿਓ ਕੀ ਹੋਇਆ, ਸਭ ਦਾ ਸਮਾਂ ਨਿਰਧਾਰਿਤ ਆ, ਇਹਦਾ ਹੁਣ ਸਮਾਂ ਸਮਾਪਤ ਹੋ ਗਿਆ। ਜਿਹੜੀ ਦਰਗਾਹ ਦੇ ਵਿੱਚ ਚਿੱਠੀ ਲਿਖੀ ਗਈ ਸੀ, ਜਿਹਦੇ ਵਿੱਚ ਆਪਣਾ ਅਤੇ ਸਾਡੇ ਮਾਤਾ ਪਿਤਾ ਦਾ ਇੱਕ ਦੂਜੇ ਦੇ ਸਨਮੁੱਖ ਬੈਠ ਕੇ ਫੈਸਲਾ ਹੋਇਆ ਸੀ ਵੀ ਇੰਨੇ ਸਵਾਸ ਤੈਨੂੰ ਗਿਣ ਕੇ ਦਿੱਤੇ ਆ, ਇਹਨਾਂ ਤੋਂ ਬਾਅਦ ਤੂੰ ਵਾਪਸ ਆਉਣਾ। ਕਹਿੰਦਾ ਜੀ ਠੀਕ ਹੈ ਜੀ, ਆ ਜਾਵਾਂਗਾ ਜੀ। ਜਿਹਨੂੰ ਮਹਾਰਾਜ ਕਹਿੰਦੇ ਨੇ ਕਿ ਮਰਨ ਲਿਖਾਏ ਮੰਡਲ ਮੇ ਆਏ। ਹੁਣ ਇਸ ਚਿੱਠੀ ਦੀਆਂ ਦੋ ਪਰਤਾਂ ਤਿਆਰ ਕੀਤੀਆਂ ਗਈਆਂ, ਇੱਕ ਇਹਨੂੰ ਦਿੱਤੀ ਗਈ ਅਤੇ ਇੱਕ ਦਰਗਾਹ ਦੇ ਵਿੱਚ ਰੱਖੀ ਗਈ। ਹੁਣ ਕੀ ਹੋਇਆ, ਇਹਦਾ ਸਮਾਂ ਹੋ ਗਿਆ, ਦਰਗਾਹ ਦੇ ਵਿੱਚ ਇਹਦੀ ਚਿੱਠੀ ਪਾੜਤੀ। ਮਹਾਰਾਜ ਕਹਿੰਦੇ ਦਰਗੇ ਜਿਨ ਕੀ ਚੀਰੀ ਪਾਟੀ, ਤਿੰਨਾ ਮਰਨਾ ਭਾਈ।
ਕਹਿੰਦੇ ਹੁਣ ਇਹਨੂੰ ਜਾਣਾ ਪੈਣਾ। ਹੁਣ ਗੁਰਮੁਖ ਪਿਆਰਿਓ, ਇਹ ਜਿਹੜੀ ਚਿੱਠੀ ਸੀ ਇਸ ਦੇ ਉੱਪਰ ਸਾਨੂੰ ਲਿਖ ਕੇ ਦਿੱਤਾ ਗਿਆ ਸੀ, ਨਾਲ ਸਾਡੇ ਮਸਤਕ 'ਤੇ ਵੀ ਲਿਖਿਆ ਸੀ। ਕੀ ਲਿਖਿਆ ਸੀ ਆਪਾਂ ਪੜ੍ਹਦੇ ਨਾ ਜਦੋਂ ਕੋਈ ਮਰ ਜਾਂਦਾ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੀ ਉੱਠ ਜਾਏ। ਹੁਣ ਵਿਚਾਰਨਾ ਇਹ ਵੀ ਚਿੱਠੀ 'ਤੇ ਲਿਖਿਆ ਕੀ ਸੀ ਚੀਰੀ ਦੇ ਉੱਪਰ, ਵੀ ਤੂੰ ਕੀ ਕਰਨਾ। ਉਹ ਹੀ ਸਾਡੇ ਮਸਤਕ 'ਤੇ ਲਿਖਿਆ। ਮਹਾਰਾਜ ਕਹਿੰਦੇ ਮਸਤਕ ਪਦਮ ਦੁਆਲੇ ਮਣੀ, ਮਾਹੇ ਨਿਰੰਜਨ ਤ੍ਰੈ ਭਵਨ ਧਣੀ। ਹੁਣ ਇਸ ਮਸਤਕ 'ਤੇ ਸਾਡੇ ਉਹ ਆਪ ਵੀ ਬੈਠਾ ਹੈ ਜਿੱਥੇ ਹੁਕਮ ਲਿਖਿਆ। ਮਹਾਰਾਜ ਕਹਿੰਦੇ ਕੀ ਲਿਖਿਆ, ਕਹਿੰਦੇ ਸਤਨਾਮ ਕਰਤਾ ਪੁਰਖ ਇਹ ਰਤਨਾ ਖਾਣੀ, ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ। ਇਹਨੂੰ ਚਿੱਠੀ ਆਹ ਦਿੱਤੀ ਸੀ ਵੀ ਇਹ ਤੂੰ ਕੋਲੇ ਰੱਖ, ਜੇ ਭੁੱਲ ਜੇ ਤਾਂ ਪੜ੍ਹ ਲਈ, ਸਮਝ ਰਹੇ ਹੋ ਜੀ, ਜੇ ਤੂੰ ਭੁੱਲ ਗਿਆ ਉੱਥੇ ਜਾ ਕੇ ਤਾਂ ਪੜ੍ਹ ਲਈ ਵੀ ਮੈਂ ਤਾਂ ਸਿਮਰਨ ਕਰਨ ਵਾਸਤੇ ਇੱਥੇ ਆਇਆ, ਠੀਕ ਹੈ ਜੀ। ਅਤੇ ਚਿੱਠੀ ਇਹ ਸ਼੍ਰੀ ਮਾਨ ਜੀ ਉੱਥੇ ਭੁੱਲਿਆ ਹੈ, ਜਿਸ ਨੂੰ ਪ੍ਰਵਾਨਾ ਵੀ ਕਹਿ ਦਿੱਤਾ। ਹੁਣ ਗੁਰੂ ਪਿਆਰਿਓ ਕੀ ਹੋਇਆ, ਦਰਗਾਹ ਦੇ ਵਿੱਚ ਉਹ ਚਿੱਠੀ ਜਿਹੜੀ ਸੀ ਉਹ ਪਾੜ ਦਿੱਤੀ ਗਈ, ਨਵੀਂ ਚਿੱਠੀ ਜਾਰੀ ਕਰਤੀ ਜਿਹਨੂੰ ਪ੍ਰਵਾਨਾ ਕਹਿੰਦੇ, ਜਿਸ ਨੂੰ ਮਹਾਰਾਜ ਗੁਰਬਾਣੀ ਵੀ ਸਮਝਾਉਂਦੇ, ਕਹਿੰਦੇ ਅਮਲ ਸਰਾਣੋ ਲੇਖਾ ਦੇਣਾ, ਆਏ ਕਠਿਨ ਦੂਤ ਜੰਮ ਲੈਣਾ, ਕਿਆ ਤੈ ਖੱਟਿਆ ਕਹਾਂ ਗਵਾਇਆ, ਚੱਲੋ ਸਤਾਬ ਦੀਵਾਨ ਬੁਲਾਇਆ। ਚੱਲ ਵੀ ਮਿੱਤਰਾ ਆ ਤੇਰੀ ਚਿੱਠੀ ਆ ਗਈ ਹੈ, ਜੰਮ ਲੈ ਕੇ ਆ ਗਏ ਅਤੇ ਚੱਲ ਕੇ ਸਾਬ ਦੇ। ਹੁਣ ਗੁਰਮੁਖ ਪਿਆਰਿਓ ਇਹਨੇ ਸੰਗਤ ਕੀਤੀ ਨਹੀਂ, ਜਾਗਿਆ ਹੈ ਨਹੀਂ, ਤ੍ਰੈ ਗੁਣਾ 'ਚ ਮਾਣਿਆ, ਅਤੇ ਉੱਧਰੋਂ ਫਸਲ ਦਾ ਟਾਈਮ ਸੀ ਜਿਹੜਾ ਇਹਨੇ ਧਨ ਵੰਡਿਆ ਹੋਇਆ ਸੀ ਉਹਨੂੰ ਇਕੱਠਾ ਕਰ ਰਿਹਾ ਸੀ। ਹੁਣ ਜਦੋਂ ਧਨ ਇਕੱਠਾ ਕਰ ਰਿਹਾ ਸੀ ਅਤੇ ਜਮਾਂ ਨੇ ਇਹਨੂੰ ਚਿੱਠੀ ਦਿਖਾਈ, ਇਹਨੇ ਦੇਖੀ ਨਹੀਂ, ਉਹਨਾਂ ਸੋਚਿਆ ਵੀ ਇਹ ਤਾਂ ਸੁੱਤਾ ਹੈ ਵਿਚਾਰਾਂ ਵਿੱਚ ਆ। ਉਹਨਾਂ ਨੇ ਫਿਰ ਇਹਦੇ ਸਿਰ 'ਚ ਡੰਡਾ ਮਾਰਿਆ। ਮਹਾਰਾਜ ਕੀ ਸਮਝਾਉਂਦੇ, ਕਹਿੰਦੇ ਜਮ ਕੋ ਡੰਡ ਭਰਿਓ ਸਿਰ ਉੱਪਰ, ਤਬ ਸੋਵਤ ਹੈ ਜਾਗਿਓ, ਕਹਾ ਹੋਤ ਅਬ ਕੇ ਪਛਤਾਏ, ਛੂਟਤ ਨਾਇਨ ਭਾਗਿਓ। ਹੁਣ ਦੇਖੋ ਗੁਰਮ ਪਿਆਰਿਓ, ਕਿਉਂਕਿ ਇਹਦੀ ਆਪਾਂ ਕਹਾਣੀ ਕਰ ਰਹੇ ਹਾਂ, ਹੈ ਤਾਂ ਆਪਣੇ ਵਾਸਤੇ ਹੀ ਹੈ ਨਾ। ਆਪਾਂ ਇਹ ਦੇਖਣਾ ਜੇ ਅਸੀਂ ਨਹੀਂ ਜਾਗੇ ਤਾਂ ਸਾਨੂੰ ਵੀ ਪਤਾ ਨਹੀਂ ਲੱਗਣਾ ਜਮਾਂ ਨੇ ਕਦੋਂ ਡੰਡਾ ਮਾਰਨ ਆ ਕੇ, ਠੀਕ ਹੈ ਜੀ। ਜੇ ਅਸੀਂ ਇਸ ਚਿੱਠੀ ਨੂੰ ਪੜ੍ਹਿਆ ਨਹੀਂ, ਸਮਝਿਆ ਨਹੀਂ, ਦੇਖਿਆ ਨਹੀਂ, ਖੇਲ ਨੂੰ ਸਮਝਿਆ ਨਹੀਂ ਗਾ, ਤਾਂ ਫਿਰ ਸਾਡੇ ਵੀ ਜਮ ਡੰਡਾ ਮਾਰਨਗੇ ਆ ਕੇ, ਠੀਕ ਹੈ ਜੀ। ਤਾਂ ਕਰਕੇ ਆਪਾਂ ਜਾਗ ਰਹੇ ਹਾਂ, ਜਿਹਨੂੰ ਮਹਾਰਾਜ ਕਹਿੰਦੇ ਜਾਗ ਲਿਓ ਰੇ ਮਣਾ, ਜਾਗ ਲਿਓ ਕਹਾਂ ਗਾਫਲ ਸੋਇਆ। ਜਾਗਣ ਵਾਸਤੇ ਕੀ ਕਰਨਾ ਪੈਂਦਾ ਜੀ, ਬੋਲੋ, ਸਿਮਰਨ। ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ, ਸਿਮਰਨ ਕਰਨਾ ਪੈਂਦਾ। ਹੁਣ ਜਦੋਂ ਇਹਨਾਂ ਦੇ ਇਹ ਸਿਮਰ ਨਾਲ ਤਾਂ ਜਾਗਿਆ ਨਹੀਂ, ਹੁਣ ਡੰਡੇ ਨਾਲ ਜਾਗਿਆ। ਹੁਣ ਇਹ ਜਿਹੜਾ ਮਨਮੁੱਖ ਆ, ਇਹਨੇ ਇਸ ਖੇਲ ਨੂੰ ਸਮਝਿਆ ਨਹੀਂ, ਅਤੇ ਹੁਣ ਇਹ ਕੀ ਕਹਿੰਦਾ, ਜਦੋਂ ਡੰਡੇ ਨਾਲ ਜਾਗਿਆ ਨਾ, ਅਤੇ ਵੇਖੋ ਕਿੰਨੀ ਪਕੜ ਬਣਾਈ ਹੋਈ ਮਾਇਆ ਦੇ ਨਾਲ, ਉਹਨਾਂ ਨੂੰ ਕਹਿੰਦਾ ਵੀ ਗੱਲ ਸੁਣੋ, ਇਹਨੇ ਸੋਚਿਆ ਵੀ ਕਿਤੇ ਮੇਰਾ ਸੁਪਨਾ ਆ ਰਿਹਾ ਮੈਨੂੰ, ਕਹਿੰਦਾ ਮੇਰੀ ਗੱਲ ਸੁਣੋ, ਮੇਰਾ ਨਾ ਧਨ ਰਹਿੰਦਾ ਕੁਛ ਇਕੱਠਾ ਕਰਨ ਵਾਲਾ, ਅਤੇ ਉਹ ਮੈਨੂੰ ਇਕੱਠਾ ਕਰ ਲੈਂਦੇ ਹੋ, ਅਤੇ ਤੁਹਾਨੂੰ ਵਿੱਚੋਂ ਮੈਂ ਕੋਈ ਹਿੱਸਾ ਦੇ ਦਿਆਂਗਾ, ਅਤੇ ਆਪਾਂ ਇਕੱਠੇ ਜਾਂਦੇ ਹੋਏ ਨਮਾਜ਼ ਪੜ੍ਹ ਲਾਂਗੇ ਫਿਰ, ਠੀਕ ਹੈ ਜੀ। ਕੀ ਕਹਿੰਦਾ ਉਹਨਾਂ ਜਮਾਂ ਨੂੰ, ਕਹਿੰਦਾ ਕਰੂੰ ਅਰਦਾਸ ਗਾਓ ਕਿਛ ਬਾਕੀ, ਲਾਉ ਨਬੇੜ ਆਜ ਕੀ ਰਾਤੀ। ਆਪਾਂ ਕਹਿੰਦੇ ਨਾ ਜੀ ਮਨਮੁੱਖ ਆਖੇ ਨਹੀਂ ਲੱਗਦੇ, ਜਿਵੇਂ ਆਮ ਬੀਬੀਆਂ ਕਹਿੰਦੀਆਂ ਵੀ ਘਰਦਿਆਂ ਨੂੰ ਕਹੀਦਾ ਸਿਮਰਨ ਕਰੋ, ਉਹ ਕਰਦੇ ਨਹੀਂ। ਗੁਰਮੁਖ ਕਹਿੰਦੇ ਨੇ ਘਰ ਵਾਲੀਆਂ ਨੂੰ ਕਹੀਦਾ, ਉਹ ਨਹੀਂ ਕਰਦੀਆਂ, ਬੱਚੇ ਨਹੀਂ ਕਰਦੇ। ਅਤੇ ਆਹ ਦੇਖ ਲਓ ਉੱਧਰੋਂ ਮਰ ਗਿਆ, ਹਾਂਜੀ ਦੇਹ ਛੱਡਣ ਲੱਗਿਆ, ਅਤੇ ਅਜੇ ਵੀ ਕਹਿੰਦਾ ਮੈਨੂੰ ਕੁਛ ਪਿੰਡ ਕਰਾ ਲੈਣ ਦਿਓ। ਦੇਖੋ ਕਿੰਨਾ ਜੁੜਿਆ ਮਾਇਆ ਨਾਲ, ਅਤੇ ਕਿਵੇਂ ਸਿਮਰਨ ਕਰਾਓਗੇ ਮਨਮੁੱਖ ਨੂੰ, ਠੀਕ ਹੈ ਨਾ। ਇਸ ਕਰਕੇ ਮਹਾਰਾਜ ਕਹਿੰਦੇ ਮਨਮੁੱਖ ਨੂੰ ਸਮਝਾਉਣਾ ਬਹੁਤ ਔਖਾ, ਮਨਮੁੱਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ, ਹਾਂਜੀ। ਇਹ ਤਾਂ ਉਹ ਆਪ ਹੀ ਕਿਰਪਾ ਕਰਕੇ ਸੰਗਤ 'ਚ ਲਿਆਵੇ ਨਾ, ਅਤੇ ਬੜਾ ਕਿਰਪਾ ਹੋ ਜਾਂਦੀ ਉਹਦੀ। ਇਹ ਹੁਣ ਕੀ ਕਹਿੰਦਾ, ਕਹਿੰਦਾ ਕਰੂੰ ਅਰਦਾਸ ਗਾਓ ਕੁਛ ਬਾਕੀ, ਲਾਉ ਨਬੇੜ ਆਜ ਕੀ ਰਾਤੀ, ਤਿਸ ਵਿੱਚ ਖਰਚ ਤੁਮਾਰਾ ਸਾਰੂ, ਸੁਬਹ ਨਮਾਜ਼
ਅਰਸਾਲ ਗੁਜ਼ਾਰੂ। ਚਲੋ ਕੁਛ ਤੁਹਾਨੂੰ ਦੇ ਦਿਆਂਗਾ ਵਿੱਚੋਂ, ਅਤੇ ਆਪਾਂ ਜਾਂਦੇ ਜਾਂਦੇ ਨਮਾਜ਼ ਪੜ੍ਹ ਲਾਂਗੇ। ਇਹ ਕਹਿੰਦੇ ਵੀ ਗੱਲ ਸੁਣ, ਹੁਣ ਤੂੰ ਇਸ ਦੇਸ਼ ਵਿੱਚ ਇੱਕ ਪਲ ਵਾਸਤੇ ਨਹੀਂ ਰਹਿ ਸਕਦਾ, ਤੇਰਾ ਧਨ ਸਮਾਪਤ ਹੋ ਗਿਆ। ਤੈਨੂੰ ਗਿਣਤੀ ਦਾ ਦਿੱਤਾ ਸੀ, ਜਿਹਨੂੰ ਮਹਾਰਾਜ ਕਹਿੰਦੇ ਗਿਣ ਘਾਲੇ ਸਭ ਦਿਵਸ ਸਾਸ ਨੈ ਵੜਨ ਘਟਨ ਤਿਲ ਸਾਰ। ਜੇ ਅਸੀਂ ਕੋਈ ਤੈਨੂੰ ਰਿਆਇਤ ਕਰਾਂਗੇ ਤਾਂ ਸਾਡੀ ਪੁੱਛ ਦੱਸ ਆ, ਚੱਲ ਅੱਗੇ ਲੱਗ ਅਤੇ ਹਿਸਾਬ ਦੇ। ਹੁਣ ਗੁਰਮੁਖ ਪਿਆਰਿਓ, ਜਮਾਂ ਨੂੰ ਹੁਕਮ ਸੀ ਕਿ ਇਹਦੀ ਤੁਸੀਂ ਗੰਢ ਖੋਲੋ। ਉਹਨਾਂ ਨੇ ਕੀ ਕੀਤਾ, ਇਹ ਜਿਹੜੀ ਆਪਣੀ ਨਾਭੀ ਹੈ ਨਾ, ਇੱਥੇ ਸਾਡੀ ਪਾਉਣ ਦੇ ਰਾਹੀਂ ਸੂਖਮ ਅਤੇ ਅਸਥੂਲ ਦੀ ਗੰਢ ਦਿੱਤੀ ਹੋਈ ਹੈ। ਉਹਨਾਂ ਨੇ ਹੁਣ ਗੁਰਮੁਖ ਪਿਆਰਿਓ ਦੇਖਿਆ ਵੀ ਹੁਣ ਜਾਗ ਪਿਆ ਅਤੇ ਵਹਿਮੀ ਬੰਦਾ ਹੈ, ਭਰਮ 'ਚ ਰਿਹਾ ਹੁਣ ਤਾਂ ਹੀ, ਅਤੇ ਇਹਨੂੰ ਹੁਣ ਪ੍ਰਵਾਨਾ ਵਿਖਾਈਏ। ਉਹਨਾਂ ਨੇ ਫਿਰ ਦਿਖਾਇਆ, ਕਹਿੰਦੇ ਵੀ ਅੱਗੇ ਲੱਗ ਆ, ਦੇਖ ਤੇਰੇ ਪਿਤਾ ਦਾ ਲਿਖਿਆ ਹੋਇਆ ਪ੍ਰਵਾਨਾ ਹੈ, ਖੁੱਲ੍ਹੀ ਕੰਠ ਉੱਠੋ ਲਿਖਿਆ ਆਇਆ ਰਾਮ। ਹੁਣ ਗੁਰਮੁਖ ਪਿਆਰਿਓ, ਉਹਨਾਂ ਨੂੰ ਇਹ ਹੁਕਮ ਸੀ ਵੀ ਤੁਸੀਂ ਗੰਢ ਖੋਲ੍ਹ ਕੇ ਪ੍ਰਵਾਨਾ ਦਿਖਾ ਕੇ ਪਾਸੇ ਚਲੇ ਜਾਣਾ। ਮੈਂ ਆਪਦੇ ਬੱਚੇ ਨੂੰ ਆਵਾਜ਼ ਮਾਰਾਂਗਾ, ਦੇਖੋ ਕਿੱਡਾ ਮਾਂ ਪਿਓ ਦਿਆਲੂ ਹੈ। ਭਾਵੇਂ ਸਾਰੀ ਉਮਰ ਇਹਨੇ ਉਸਨੂੰ ਯਾਦ ਨਹੀਂ ਕੀਤਾ, ਆਪਦੀ ਹਉਮੈ ਨਹੀਂ ਛੱਡੀ, ਲੋਕਾਂ ਨੂੰ ਵਿਆਜ ਲਾਉਣਾ ਨਹੀਂ ਛੱਡਿਆ, ਲੋਕਾਂ ਨੂੰ ਦੁਖੀ ਕਰਨਾ ਨਹੀਂ ਛੱਡਿਆ, ਪਰ ਫਿਰ ਵੀ ਮਾਂ ਪਿਓ ਕਿੱਡਾ ਦਿਆਲੂ, ਕਿਉਂਕਿ ਮਾਂ ਪਿਓ ਤਾਂ ਮਾਂ ਪਿਓ ਹੀ ਹੈ ਨਾ, ਭਾਵੇਂ ਬੱਚਾ ਨਿਕੰਮਾ ਵੀ ਹੋਵੇ। ਹੁਣ ਉਸਨੇ ਕੀ ਕੀਤਾ, ਜਮਾਂ ਨੇ ਗੰਢ ਖੋਲ੍ਹ ਕੇ ਪਾਸੇ ਹੋ ਗਏ ਅਤੇ ਮਾਲਕ ਨੇ ਬੜੀ ਜ਼ੋਰ ਦੀ ਆਵਾਜ਼ ਦਿੱਤੀ ਕਿ ਪੁੱਤ ਇੱਧਰ ਆ ਜਾ, ਨਹੀਂ ਤਾਂ ਤੈਨੂੰ ਇਹ ਸਜ਼ਾ ਦੇਣਗੇ। ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੀ, ਮਹਾਰਾਜ ਕਹਿੰਦੇ ਪੰਚੇ ਸ਼ਬਦ ਵੱਜੇ ਮਤ ਗੁਰਮਤ, ਵਡਭਾਗੀ ਅਨਹਦ ਵੱਜਿਆ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ। ਹੁਣ ਮਾਲਕ ਬੜੀ ਜ਼ੋਰ ਦੀ ਬੋਲਿਆ, ਜਦੋਂ ਬੋਲਿਆ ਤਾਂ ਸਾਰੇ ਖੱਟ ਚੱਕਰ ਹਿੱਲ ਗਏ, ਇਹ ਸਰੀਰ ਢਹਿ ਢੇਰੀ ਹੋ ਗਿਆ। ਲੇਕਿਨ ਇਹ ਆਪਦੇ ਮਾਤਾ ਪਿਤਾ ਦੀ ਆਵਾਜ਼ ਤੋਂ ਡਰਦਾ ਹੋਇਆ ਹੀ, ਵੀ ਐਡੀ ਜ਼ਬਰਦਸਤ ਆਵਾਜ਼ ਕਿੱਥੋਂ ਆ ਰਹੀ, ਜਮਾਂ ਵੱਲ ਨੂੰ ਭੱਜ ਲਿਆ। ਜਮਾਂ ਨੇ ਪਕੜ ਲਿਆ, ਅਤੇ ਹੁਣ ਤੁਸੀਂ ਪ੍ਰੈਕਟੀਕਲ ਕਰ ਰਹੇ ਹੋ, ਤੁਸੀਂ ਇਸ ਆਵਾਜ਼ ਨੂੰ, ਇਸ ਨਾਮ ਨੂੰ ਅੰਦਰੋਂ ਸੁਣ ਰਹੇ ਹੋ। ਇਸ ਆਵਾਜ਼ ਦੇ ਰਾਹੀਂ ਅਸੀਂ ਆਪਦੇ ਮਾਤਾ ਪਿਤਾ ਦੇ ਦੇਸ਼ ਜਾਣਾ, ਆਪਦੇ ਘਰ ਜਾਣਾ, ਅਤੇ ਜੇ ਕਿਤੇ ਇਹਨੇ ਸੰਗਤ ਕੀਤੀ ਹੁੰਦੀ ਤਾਂ ਹੁਣ ਨਾਮ 'ਚ ਸਮਾ ਕੇ ਆਪਦੇ ਘਰ ਜਾ ਸਕਦਾ ਸੀ। ਉਲਟ ਹੋ ਗਿਆ ਕੰਮ, ਜਮਾਂ ਦੇ ਕੋਲ ਚਲਾ ਗਿਆ, ਜਮਾਂ ਨੇ ਪਕੜ ਲਿਆ। ਹੁਣ ਜਮਾਂ ਦੇ ਕੋਲ ਪਕੜਿਆ ਅਤੇ ਐਸ ਆਪਦੇ ਸਰੀਰ ਨੂੰ ਢਹਿ ਢੇਰੀ ਹੁੰਦਾ ਦੇਖ ਰਿਹਾ। ਹੁਣ ਕੀ ਹੋਇਆ, ਜਿਵੇਂ ਜਿਵੇਂ ਪਾਉਣ ਅਤੇ ਨਾਮ ਇਹ ਸਰੀਰ ਨੂੰ ਛੱਡ ਰਹੇ ਨੇ, ਇਹ ਤੱਤ ਬਿਖਰ ਰਹੇ ਨੇ ਬਿਲਕੁਲ। ਪਹਿਲਾਂ ਪਾਉਣ ਮਿੱਟੀ ਥੱਲੇ ਖਿਲਰੀ, ਉੱਤੇ ਅਗਨ, ਅਗਨ ਦੇ ਉੱਪਰ ਪਾਣੀ, ਉਬਾਲਾ ਮਾਰ ਲੱਗੀ, ਇੱਕ ਨਦੀ ਦਾ ਰੂਪ ਧਾਰਨ ਕਰ ਲਿਆ। ਹੁਣ ਇਹ ਪਛਤਾ ਰਿਹਾ ਵੀ ਮੈਂ ਸਾਰੀ ਉਮਰ ਇਸ ਘਰ ਨੂੰ ਆਪਦਾ ਸਮਝਦਾ ਰਿਹਾ, ਵਿਚਾਰ ਕਰ ਰਿਹਾ, ਹੁਣ ਜਦੋਂ ਸਮਾਂ ਸੀ ਉਦੋਂ ਕੀਤੀ ਨਹੀਂ, ਲੈ ਵੀ ਇਸ ਸਰੀਰ ਨੂੰ ਮੈਂ ਆਪਦਾ ਸਮਝ ਰਿਹਾ ਅਤੇ ਮੈਂ ਤਾਂ ਵੱਖਰਾ, ਇਹ ਤਾਂ ਇੱਕ ਘਰ ਸੀ, ਇਹਦਾ ਢਹਿ ਢੇਰੀ ਹੋ ਰਿਹਾ। ਜਿਵੇਂ ਆਪਾਂ ਨੂੰ ਕੋਈ ਆਪਣੇ ਘਰ 'ਚੋਂ ਕੱਢ ਲਏ ਪਾਸੇ ਅਤੇ ਘਰ ਢਾਵੇ ਆਪਣਾ, ਇਵੇਂ ਹੁਣ ਇਹਨੂੰ ਇਸ ਘਰ 'ਚੋਂ ਕੱਢ ਲਿਆ ਮਨ ਨੂੰ ਅਤੇ ਇਹ ਘਰ ਢਹਿ ਢੇਰੀ ਹੋ ਰਿਹਾ, ਪਛਤਾਉਣ ਲੱਗਾ। ਹੁਣ ਜਮ ਕਹਿੰਦੇ ਚੱਲ ਵੀ ਇਸ ਉਬਲਦੀ ਨਦੀ ਵਿੱਚ ਦੀ ਲੰਘ। ਹੁਣ ਉਬਲਦੇ ਪਾਣੀ ਵਿੱਚ ਦੀ ਲੰਘਣਾ ਬਹੁਤ ਔਖਾ, ਇਹ ਲੰਘਦਾ ਨਹੀਂ, ਉਹ ਘੁੱਟਦੇ ਨੇ। ਮਹਾਰਾਜ ਕੀ ਸਮਝਾਉਂਦੇ, ਕਹਿੰਦੇ ਅੱਗੇ ਬਿਮਲ ਨਦੀ ਹੈ ਅਗਨ ਬਿਖ ਝੇਲਾ, ਤਿੱਥੇ ਅਵਰ ਨਾ ਕੋਈ ਜੀਉ ਅਕੇਲਾ। ਹੁਣ ਕੋਈ ਨਹੀਂ ਸੰਗ ਸੰਗੀ ਸਾਥੀ ਇੱਥੇ। ਮਹਾਰਾਜ ਕੀ ਕਹਿੰਦੇ, ਕਹਿੰਦੇ ਪੜ ਪੜ ਅਗਨ ਸਾਗਰ ਦੇ ਲਹਿਰੀ, ਪੜ ਦੱਜੇ ਮਨਮੁੱਖ ਤਾਂ ਹੀ ਹੇ। ਉਹ ਫਿਰ ਫੜ ਕੇ ਛੱਡਦੇ ਉਹਦੇ, ਚੱਲ ਬਈ ਜੇ ਹੁਣ ਇੱਕ ਉਹ ਪੰਜ ਨੇ, ਇਹ ਇਕੱਲਾ ਹੈ, ਠੀਕ ਹੈ ਜੀ, ਅਤੇ ਉਹ ਚੱਕ ਕੇ ਉਹਨੂੰ ਛੱਡਦੇ ਨੇ ਵਿੱਚ, ਚੱਲ ਬਈ ਨਦੀ ਦੇ ਵਿੱਚ। ਫਿਰ ਇਹ ਬਾਹਰ ਨੂੰ ਆਉਂਦਾ, ਭੱਜ ਕੇ ਉਹ ਫਿਰ ਛੱਡਦੇ ਨੇ, ਵਾਰ ਵਾਰ ਉਬਲਦੀ ਨਦੀ ਦੇ ਵਿੱਚ ਸੁੱਟਿਆ ਜਾਂਦਾ। ਅਤੇ ਹੁਣ ਦੇਖੋ, ਪੰਜਵੇਂ ਪਾਤਸ਼ਾਹ ਨੂੰ ਤਤੀ ਤਵੀ 'ਤੇ ਬਿਠਾਇਆ ਅਤੇ ਸਾਨੂੰ ਕਿੰਨਾ ਦੁੱਖ ਮਹਿਸੂਸ ਹੁੰਦਾ ਹੈ, ਹੁੰਦਾ ਨਾ ਜੀ, ਸਾਨੂੰ ਪਿਆਰ ਸੀ ਉਹਨਾਂ ਦੇ ਨਾਲ, ਉਹ ਤਾਂ ਪਰਮਾਤਮਾ ਸਨ, ਉਹਨਾਂ ਦਾ ਕੋਈ ਕੁਛ ਵਿਗਾੜਦਾ।
ਤੇ ਲੇਕਿਨ ਉਹ ਹੁਣ ਸਾਨੂੰ ਸਮਝਾਉਂਦੇ ਵੀ ਪੁੱਤ ਦੇਖੋ ਮੈਂ ਨਾਮ ਜਪਿਆ, ਮਾਲਕ ਨੂੰ ਜਪਿਆ ਅਤੇ ਅੱਜ ਮੈਨੂੰ ਤੱਤੀ ਤਵੀ ਕੁਛ ਨਹੀਂ ਕਹਿ ਰਹੀ, ਉਬਲਦੀ ਦੇਗ ਮੈਨੂੰ ਕੁਛ ਨਹੀਂ ਕਹਿ ਰਹੀ, ਕਿਉਂਕਿ ਮੇਰੇ ਕੋਲ ਨਾਮ ਆ, ਮੈਂ ਉਸ ਮਾਲਕ ਨੂੰ ਮਨ 'ਚ ਵਸਾ ਲਿਆ, ਮੈਂ ਤੱਤੀ ਤਵੀ 'ਤੇ ਬੈਠਾ ਵੀ ਇਹ ਗੱਲ ਕਹਿ ਰਿਹਾ ਕਿ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਅਤੇ ਜੇਕਰ ਪੁੱਤ ਤੁਸੀਂ ਨਾਮ ਨਾ ਜਪਿਆ ਅਤੇ ਅੱਗੇ ਤੁਹਾਡੇ ਵਾਸਤੇ ਵੀ ਉਬਲਦੀ ਨਦੀ ਤਿਆਰ ਆ, ਫਿਰ ਨਾ ਕਿਹਾ ਜੀ ਉੱਥੇ ਦੁੱਖ ਹੋਏਗਾ। ਇਸ ਵਾਸਤੇ ਗੁਰਮੁਖ ਪਿਆਰੇ ਹੁਣ ਕੀ ਹੋਇਆ, ਇਹ ਜਿਹੜੇ ਜਮ ਸੀ ਇਹ 'ਤੇ ਤਸ਼ੱਦਦ ਕਰਨ ਲੱਗੇ। ਮਹਾਰਾਜ ਕੀ ਸਮਝਾਉਂਦੇ, ਕਹਿੰਦੇ ਜਹਿ ਭਿਆਨ ਦੂਤ ਜਮ ਦਲੇ ਤੈ ਕੇਵਲ ਨਾਮ ਸੰਗ ਤੇਰੇ ਚਲੇ। ਹੁਣ ਉਹਨੂੰ ਪੁੱਛਦੇ ਆ ਵੀ ਤੂੰ ਕੀ ਕਰਦਾ ਰਿਹਾ, ਵੀ ਇੰਨਾ ਸਮਾਂ ਸੀ 60-70-80 ਸਾਲ ਤੇਰੇ ਕੋਲ, ਅਤੇ ਤੂੰ ਗਿਆਨ ਰੱਖਦਾ ਸੀ। ਇੱਕ ਤਾਂ ਹੋਵੇ ਵੀ ਪਸ਼ੂ ਜਾਮਾ ਸੀ, ਉਹਨੂੰ ਕੋਈ ਗਿਆਨ ਨਹੀਂ, ਉਹ ਸੰਗਤ ਨਹੀਂ ਕਰ ਸਕਦਾ, ਤੂੰ ਮਾਨਸ ਸੀ, ਤੈਨੂੰ ਸਭ ਤੋਂ ਵੱਧ ਗਿਆਨ ਸੀ, ਅਤੇ ਤੂੰ ਸੰਗਤ ਕਰਕੇ ਨਾਮ ਕਿਉਂ ਨਾ ਜਪਿਆ ਜਿਸ ਕਾਰਨ ਤੈਨੂੰ ਕੁੱਟਣਾ ਪੈਂਦੀ। ਉਹ ਕਹਿੰਦਾ ਜੀ ਮੈਨੂੰ ਨਹੀਂ ਸੀ ਪਤਾ, ਲੈ ਵੀ ਇਹ ਨਾਮ ਜਪਣਾ ਅਤੇ ਇਸ ਧੰਨ ਨੇ ਅੱਗੇ ਮਦਦ ਕਰਨੀ ਹੈ, ਮੈਂ ਇਹ ਸਮਝਦਾ ਸੀ ਸਿਰਫ ਪਰਿਵਾਰ ਪਾਲਣਾ ਅਤੇ ਸੰਸਾਰ ਦਾ ਧਨ ਇਕੱਠਾ ਕਰਨਾ ਅਤੇ ਇੱਥੇ ਸੁੱਖ ਆਰਾਮ ਲੈਣੇ ਆ, ਬਸ ਹੋਰ ਕੁਛ ਨਹੀਂ ਇੱਥੇ। ਉਹ ਕਹਿੰਦੇ ਫਿਰ ਜਿਹੜਾ ਪਰਿਵਾਰ ਪਾਲਦਾ ਰਿਹਾ, ਜਿਹੜਾ ਧਨ ਇਕੱਠਾ ਕਰਦਾ ਰਿਹਾ, ਉਹਨਾਂ 'ਚੋਂ ਕੋਈ ਤੇਰੇ ਨਾਲ ਆਇਆ? ਕਹਿੰਦਾ ਨਹੀਂ ਜੀ। ਅਤੇ ਕਹਿੰਦੇ ਫਿਰ ਜਿਹੜਾ ਧਨ ਤੇਰੇ ਨਾਲ ਆਉਣਾ ਸੀ ਉਹ ਤੂੰ ਇਕੱਠਾ ਨਹੀਂ ਕੀਤਾ? ਕਹਿੰਦਾ ਜੀ ਇਸ ਚੀਜ਼ ਦਾ ਤਾਂ ਭੇਦ ਹੀ ਨਹੀਂ ਸੀ, ਹਮੇ ਸੀ ਸੁਣੀ ਨਹੀਂ ਕਿਸੇ ਦੀ ਗੱਲ, ਮਾਲਕ ਦਾ ਸੰਦੇਸ਼ਾ ਦਿੰਦਾ ਰਿਹਾ ਗੁਰਮੁਖਾਂ ਦੇ ਰਾਹੀਂ ਕਿ ਵੀਰ ਜੀ ਆਓ ਸੰਗਤ 'ਚ ਆਇਆ ਕਰੋ, ਜੇ ਸੰਗਤ 'ਚ ਆਉਂਦਾ ਤਾਂ ਆਪੇ ਭੇਦ ਲੱਗ ਜਾਣਾ ਸੀਗਾ, ਮਾਲਕ ਨੇ ਤਾਂ ਮੌਕਾ ਦਿੱਤਾ ਲੇਕਿਨ ਸੰਭਾਲਿਆ ਨਹੀਂ। ਹੁਣ ਫਿਰ ਕੀ ਹੋਇਆ, ਉਹ ਕਹਿੰਦੇ ਵੀ ਹੁਣ ਤੈਨੂੰ ਅਸੀਂ ਕੁੱਟ ਰਹੇ ਹਾਂ, ਤੇਰੇ 'ਤੇ ਤਸ਼ੱਦਦ ਕਰ ਰਹੇ ਹਾਂ, ਅਤੇ ਤੇਰਾ ਪਰਿਵਾਰ ਤੇਰੀ ਦੇਹ ਕੋਲ ਬੈਠਾ ਵਿਰਾਗ ਕਰ ਰਿਹਾ ਵੀ ਸਾਡਾ ਬਾਪੂ ਚੜ੍ਹਾਈ ਕਰ ਗਿਆ, ਜਿਹੋ ਜਿਹਾ ਪਿਆਰ ਉਹੋ ਜਿਹਾ ਵਿਰਾਗ, ਅਤੇ ਉਹਨੂੰ ਸੱਦ ਫਿਰ ਸਾਡੇ ਤੋਂ ਤੈਨੂੰ ਛਡਾਵੇ, ਉਸ ਪਰਿਵਾਰ ਨੂੰ ਸੱਦ। ਹੁਣ ਗੁਰਮੁਖ ਪਿਆਰਿਓ ਦੁਖੀ ਹੋਇਆ, ਆਪਦੇ ਪਰਿਵਾਰ ਨੂੰ ਆਵਾਜ਼ਾਂ ਮਾਰ ਰਿਹਾ, ਲੇਕਿਨ ਹੁਣ ਜਿਹੜਾ ਮੁਖੀ ਡੰਡੇ ਨਾਲ ਜਾਗਿਆ ਇਵੇਂ ਪਰਿਵਾਰ ਦੀ ਅਵਸਥਾ, ਪਰਿਵਾਰ ਵੀ ਸੁੱਤਾ, ਉਹ ਹੁਣ ਸੁਣਦਾ ਨਹੀਂ ਪਰਿਵਾਰ, ਉਹ ਆਵਾਜ਼ਾਂ ਮਾਰਦਾ ਅਤੇ ਬੜਾ ਪਛਤਾਉਂਦਾ, ਮੈਂ ਤੁਹਾਡੀ ਖਾਤਰ ਇਹ ਸਵਾਸਾ ਰੂਪੀ ਪੂੰਜੀ ਇਹ ਧਨ ਵਿਅਰਥ ਗਵਾ ਲਿਆ, ਪਰ ਅੱਜ ਤੁਸੀਂ ਮੇਰੀ ਮੱਤ 'ਤੇ ਨਹੀਂ ਆ ਰਹੇ। ਕੀ ਫਿਰ ਜਦੋਂ ਦੁਖੀ ਹੋਇਆ ਮਹਿਸੂਸ ਕਰ ਰਿਹਾ, ਬਾਬਾ ਕਬੀਰ ਜੀ ਦੱਸਦੇ, ਕਹਿੰਦੇ ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕਟੰਬ। ਕਟੰਬ ਕਹਿੰਦੇ ਨੇ ਪਰਿਵਾਰ ਨੂੰ, ਧੰਦਾ ਕਰਦਾ ਰਹਿ ਗਿਆ ਭਾਈ ਰਿਹਾ ਨਾ ਬੰਦ। ਕਹਿੰਦੇ ਇਸ ਪਰਿਵਾਰ ਨੂੰ ਪਾਲਦਾ ਰਿਹਾ, ਨਾਮ ਜਪਿਆ ਨਹੀਂ, ਧੰਦਾ ਕੀਤਾ, ਅਤੇ ਨਾ ਅੱਜ ਕੋਈ ਭਰਾ ਨਾਲ ਆਇਆ ਅਤੇ ਨਾ ਕੋਈ ਪਰਿਵਾਰ ਦਾ ਮੈਂਬਰ, ਪਛਤਾਉਂਦਾ ਬਹੁਤ। ਉਹ ਪੁੱਛਣ ਲੱਗੇ ਫਿਰ ਹੋਰ ਕੀ ਕੀਤਾ, ਕਹਿੰਦਾ ਜੀ ਯਾਰ ਦੋਸਤ ਬਣਾਏ, ਪਾਰਟੀ ਬਾਜ਼ੀ 'ਚ ਪੈ ਗਿਆ, ਉਹਨਾਂ ਨਾਲ ਰਲ ਕੇ ਝੂਠ ਬੋਲਿਆ, ਧਰਮ ਗਵਾ ਲਿਆ। ਉਹ ਕਹਿੰਦੇ ਵੀ ਦੇਖ ਹੁਣ ਉਹ ਜਾਗ ਪਿਆ ਨਾ, ਹੁਣ ਦੇਖ ਰਿਹਾ ਸਾਰਾ ਸੀਨ, ਲੈ ਵੀ ਉਹਦੀ ਦੇਹ ਦੇ ਕੋਲ ਕਿਵੇਂ ਲੋਕ ਰੋ ਰਹੇ ਨੇ, ਪਰਿਵਾਰ ਵਾਲੇ ਵੀ ਅਤੇ ਉਹਦੇ ਯਾਰ ਦੋਸਤ ਵੀ, ਉਹ ਵੀ ਆਏ ਬੈਠੇ ਨੇ। ਉਹ ਕਹਿੰਦਾ ਵੀ ਫਿਰ ਇਹਨਾਂ ਨੂੰ ਸੱਦ ਲਾ, ਸ਼ਾਇਦ ਇਹ ਛਡਾ ਲੈਣ। ਉਹਨੇ ਸੋਚਿਆ ਵੀ ਚਲੋ ਘਰਦਿਆਂ ਤਾਂ ਨਹੀਂ ਸੁਣੀ, ਸ਼ਾਇਦ ਯਾਰ ਦੋਸਤ ਹੀ ਕੰਮ ਆ ਜਾਣ, ਉਹਨਾਂ ਨੂੰ ਆਵਾਜ਼ਾਂ ਮਾਰਨ ਲੱਗਾ, ਉਹ ਵੀ ਸੁੱਤੇ ਨੇ, ਉਹਨਾਂ ਵੀ ਨਾ ਸੁਣੀ, ਫਿਰ ਦੁਖੀ ਹੋ ਗਿਆ। ਮਹਾਰਾਜ ਕੀ ਕਹਿੰਦੇ, ਕਹਿੰਦੇ ਕਬੀਰ ਦੀਨ ਗਵਾਇਆ ਦੁਣੀ ਸਿਉਂ, ਦੁਣੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਹਿੰਦੇ ਇਹਨਾਂ ਯਾਰਾਂ ਦੋਸਤਾਂ ਨਾਲ ਦੁਨੀਆਂ ਨਾਲ ਪਿਆਰ ਪਾ ਕੇ ਆਪਦਾ ਧਰਮ ਵੀ ਗਵਾ ਲਿਆ ਅਤੇ ਅੱਜ ਕੋਈ ਵੀ ਕੰਮ ਨਹੀਂ ਆ ਰਿਹਾ। ਉਹ ਫਿਰ ਕੁੱਟਣ ਲੱਗੇ ਜੰਮ। ਹੁਣ ਗੁਰਮੁਖ ਪਿਆਰਿਓ ਫਿਰ ਇੱਥੇ ਇਸ ਅਵਸਥਾ ਵਿੱਚ ਜਦੋਂ ਕੋਈ ਸਾਥ ਹੀ ਨਾ ਗਿਆ, ਨਾ ਕੋਈ ਪਰਿਵਾਰ ਦਾ ਮੈਂਬਰ, ਨਾ ਕੋਈ ਯਾਰ ਦੋਸਤ, ਉਸ ਸਮੇਂ ਦਾ ਸੀਨ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ ਖਿੱਚਿਆ। ਕਹਿੰਦੇ ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਾਈ।
ਆਹ ਹੁਣ ਜਿੱਥੇ ਇਹਦੀ ਅਵਸਥਾ ਹੋ ਗਈ ਨਾ, ਜਿੱਥੇ ਇਹ ਪਹੁੰਚ ਗਿਆ, ਹੁਣ ਇੱਥੇ ਕੋਈ ਵੀ ਪਰਿਵਾਰ ਦਾ ਮੈਂਬਰ, ਨਾ ਮਾਤਾ ਪਿਤਾ, ਨਾ ਧੀ, ਨਾ ਪੁੱਤਰ, ਨਾ ਦੋਸਤ, ਕੋਈ ਵੀ ਇਹਦੀ ਮਦਦ ਨਹੀਂ ਕਰ ਸਕਦਾ। ਇੱਥੇ ਨਾਮ ਨੇ ਕਰਨੀ ਸੀ। ਅਤੇ ਹੁਣ ਤੁਸੀਂ ਦੇਖੋ ਨਾਮ ਕਿੰਨਾ ਜ਼ਰੂਰੀ ਹੈ। ਹੁਣ ਵਿਚਾਰ ਕਰੋ ਵੀ ਪਰਿਵਾਰ ਜ਼ਰੂਰੀ ਕਿ ਨਾਮ? ਨਾਮ ਨਾ ਜੀ। ਤਾਂ ਕਰਕੇ ਮਹਾਰਾਜ ਕਹਿੰਦੇ ਨੇ, ਬਿੰਤ ਉਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ, ਦੇ ਨਾਮ ਸੰਤੋਖੀਆ। ਦੇਖੋ, ਕਿਉਂਕਿ ਗੁਰਬਾਣੀ ਦਾ ਬਚਨ ਜਿਹੜਾ ਉਹ ਅਟਾਲਿਆ, ਸਾਨੂੰ ਛੇਤੀ ਨਹੀਂ ਸਮਝ ਆਉਂਦਾ, ਉਹ ਗੱਲ ਵੱਖਰੀ ਹੈ। ਮਹਾਰਾਜ ਕਹਿੰਦੇ ਵੀ ਆ ਵੇਖੋ, ਹੁਣ ਦੁੱਖ ਬਣ ਗਿਆ ਨਾ, ਪਰਿਵਾਰ ਪਛਤਾ ਰਿਹਾ ਵੀ ਇਹਨਾਂ ਦੀ ਖਾਤਰ ਮੋਹ ਮਾਇਆ 'ਚ ਪੈ ਕੇ ਸੰਗਤ ਹੀ ਨਹੀਂ ਕੀਤੀ, ਨਾਮ ਹੀ ਨਹੀਂ ਜਪਿਆ, ਧੰਦਾ ਕਰਦੇ ਸਮਾਂ ਲੰਘ ਗਿਆ। ਹੁਣ ਗੁਰਮੁਖ ਪਿਆਰਿਓ, ਇਸ ਕਰਕੇ ਜੇ ਨਾਮ ਹੁੰਦਾ ਕੋਲ, ਅਤੇ ਜਿੰਨਾ ਚਿਰ ਸੰਸਾਰ 'ਚ ਰਹਿਣਾ ਸੀ ਉਨਾ ਚਿਰ ਵੀ ਸੁੱਖ, ਅਤੇ ਦਰਗਾਹ ਦੇ ਵਿੱਚ ਵੀ ਸੁੱਖ ਮਿਲਣਾ ਸੀ। ਇਆਂ ਸੁੱਖ ਦਰਗੇ ਜੈਕਾਰ। ਇਸ ਕਰਕੇ ਹੁਣ ਆਪਾਂ ਇਸ ਗੱਲ ਨੂੰ ਮਨ 'ਚ ਵਸਾਉਣਾ, ਜੇ ਆਪਾਂ ਗੁਰਬਾਣੀ ਨੂੰ ਗੁਰੂ ਮੰਨਦੇ ਹਾਂ ਨਾ ਜੀ, ਸਮਝ ਰਹੇ ਹੋ ਜੀ, ਅਤੇ ਫਿਰ ਹਰ ਵੇਲੇ ਨਾਮ ਹੀ ਮੰਗਿਆ ਕਰੋ। ਮਹਾਰਾਜ ਦੇ ਦਰ 'ਤੇ ਆ ਕੇ ਸਤਿਗੁਰ ਨੇ, ਇਹਨਾਂ ਦੇ ਕੋਲ ਨਾਮ ਦਾ ਖਜ਼ਾਨਾ, ਇਹਦੇ ਕੋਲ ਇੱਕ ਤਰੀਕਾ ਹੈ ਨਾਮ ਦੇਣ ਦਾ। ਇਹਦੇ ਕੋਲ ਕੀ ਤਰੀਕਾ ਹੈ? ਇਹ ਜਦੋਂ ਸਾਡੇ 'ਤੇ ਖੁਸ਼ ਹੋ ਜਾਂਦਾ ਨਾ ਵੀ ਠੀਕ ਵਾਕਿਆ ਹੀ ਨਾਮ ਮੰਗਦੇ ਨੇ, ਫਿਰ ਸਾਡਾ ਸਤ ਸੰਗਤ ਦੇ ਨਾਲ ਪਿਆਰ ਪਾਉਂਦਾ ਹੈ। ਜਿਵੇਂ ਆਪਾਂ ਬੱਚੇ ਨੂੰ ਕੋਈ ਨੌਕਰੀ ਕਰਾਉਣੀ ਹੋਵੇ ਨਾ, ਸਿੱਧਾ ਥੋੜ੍ਹਾ ਨੌਕਰੀ 'ਤੇ ਲਾਉਣੇ, ਪਹਿਲਾਂ ਉਹਨੂੰ ਪੜ੍ਹਨ ਲਾਉਣੇ, ਨਹੀਂ ਪੜ੍ਹ ਪਹਿਲਾਂ ਵੀ ਤੈਨੂੰ ਕੋਈ ਗਿਆਨ ਵੀ ਆ ਜੇ। ਮਹਾਰਾਜ ਕੀ ਸਮਝਾਉਂਦੇ? ਕਹਿੰਦੇ ਜੈ ਠਾਕਰ ਪ੍ਰਸੰਨ ਭਇਓ ਸਤ ਸੰਗਤ ਤੈ ਪਿਆਰ। ਆਪਦੇ ਨੌਕਰਾਂ ਕੋਲ ਭੇਜਦਾ, ਸੰਤਾਂ ਕੋਲ, ਉਹਨਾਂ ਨੂੰ ਹੁਕਮ ਕਰਦਾ ਵੀ ਇਹਨੂੰ ਸਮਝਾਓ, ਇਹਦੀ ਮੈਲ ਲਾਓ, ਸਿਮਰਨ ਕਰਾ ਕੇ ਨਾਲ ਇਹਨੂੰ ਇਕੱਠ ਕਹਾਣੀ ਸਮਝਾਓ, ਸਾਰਾ ਖੇਲ ਇਸ ਨੂੰ ਸਮਝਾਓ ਵੀ ਜਿਸ ਨੂੰ ਤੂੰ ਆਪਦਾ ਸਮਝੀ ਬੈਠਾ ਨਾ, ਤੇਰਾ ਕੁਛ ਨਹੀਂ, ਇਹਦਾ ਭਰਮ ਕੱਢੋ। ਜਿੰਨਾ ਚਿਰ ਇਸ ਦਾ ਭਰਮ ਦੂਰ ਨਹੀਂ ਹੋਏਗਾ, ਉਨਾ ਚਿਰ ਇਹ ਮੇਰੇ ਦਰ 'ਤੇ ਆ ਨਹੀਂ ਸਕਦਾ। ਜਿੰਨਾ ਚਿਰ ਮੇਰੇ ਦਰ 'ਤੇ ਆਉਂਦਾ ਨਹੀਂ, ਤਾਂ ਮੈਂ ਇਹਨੂੰ ਨਾਮ ਦੇ ਨਹੀਂ ਸਕਦਾ। ਅਤੇ ਜਦੋਂ ਅਸੀਂ ਦਰ 'ਤੇ ਪਹੁੰਚਦੇ, ਫਿਰ ਉੱਥੇ ਜਾ ਕੇ ਬੇਨਤੀ ਕਰਦੇ ਕਿ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਜਦੋਂ ਹੁਣ ਆਪਾਂ ਦਰ 'ਤੇ ਨਹੀਂ ਗਏ, ਜਿਹਦੇ ਤੋਂ ਮੰਗਣਾ ਉਹਦੇ ਘਰ ਹੀ ਨਹੀਂ ਗਏ, ਤਾਂ ਫਿਰ ਸਾਨੂੰ ਕੀ ਮਿਲਣਾ? ਠੀਕ ਹੈ ਜੀ, ਸਮਝ ਰਹੇ ਹੋ ਜੀ ਗੱਲ? ਇਸ ਕਰਕੇ ਆਪਾਂ ਵਿਚਾਰਾਂ ਤੋਂ ਉੱਪਰ ਉੱਠ ਕੇ ਬੇਨਤੀ ਕਰਨੀ ਹੁੰਦੀ ਦਰ 'ਤੇ ਜਾ ਕੇ ਕਿ ਮਹਾਰਾਜ ਕਿਰਪਾ ਕਰੋ, ਸਾਨੂੰ ਨਾਮ ਦੀ ਦਾਤ ਬਖਸ਼ੋ। ਅਤੇ ਹੁਣ ਜਦੋਂ ਤੁਸੀਂ ਮਹਾਰਾਜ ਦੇ ਦਰ 'ਤੇ ਆਉਣਾ, ਇਹ ਨਾ ਹੋਵੇ ਕਿ ਇੱਥੇ ਆ ਕੇ ਆਪਾਂ ਖੜ ਜਾਈਏ, ਬਗਲੇ ਵਾਲੀ ਸਮਾਧੀ ਲਾ ਲਈਏ ਅਤੇ ਮਨ ਫਿਰ ਮਾਇਆ ਚਲਾ ਜਾਏ, ਸਮਝ ਗਏ ਜੀ? ਫਿਰ ਮਹਾਰਾਜ ਕਹਿੰਦੇ ਨੇ ਕਿ ਠੱਗ ਦ੍ਰਿਸ਼ਟ ਬੱਗਾ ਲਿਵ ਲਾਗਾ। ਹੁਣ ਤੁਸੀਂ ਸੋਚ ਕੇ ਦੱਸੋ ਜੀ, ਮਾਂ ਪਿਓ ਦੇਖੋ ਕਿੱਡਾ ਸਿਆਣਾ, ਉਹ ਕਹਿੰਦਾ ਵੀ ਸਾਥ ਨਾ ਚਾਲੇ ਬਿਣ ਭਜਨ ਵਿਖਿਆ ਸਗਲੀ, ਉਹ 'ਚ ਕਹਿੰਦਾ ਜ਼ਹਿਰ ਛੱਡ। ਪਰ ਅਸੀਂ ਕਹਿੰਦੇ ਸੀ ਮਹਾਰਾਜ ਤੁਸੀਂ ਕਹਿੰਦੇ ਜ਼ਹਿਰ ਆ, ਘਰ ਬੜੀ ਵਧੀਆ, ਕੋਠੀ ਬੜੀ ਵਧੀਆ, ਪੁੱਤਰ ਸਭ ਕੁਛ ਬੜਾ ਆਨੰਦ ਆ, ਤੁਸੀਂ ਕਹਿੰਦੇ ਹੋ ਜ਼ਹਿਰ ਆ। ਹੁਣ ਪਤਾ ਲੱਗਿਆ ਨਾ ਜ਼ਹਿਰ ਆ। ਮਾਂ ਪਿਓ ਦੀ ਸੋਚ ਕੀ ਹੁੰਦੀ ਹੈ? ਲੰਬੀ, ਬੁੱਧ ਵਿਵੇਕ ਹੁੰਦੀ ਹੈ। ਤਾਂ ਕਰਕੇ ਉਹ ਸਾਨੂੰ ਸਮਝਾਉਂਦੇ ਸੀ ਵੀ ਤੁਸੀਂ ਇਕੱਲਾ ਨਾਮ ਹੀ ਮੰਗ ਲਓ, ਚੰਗੇ ਰਹਿ ਜਾਓਗੇ। ਅਤੇ ਨਾਲੇ ਉਹ ਸਮਝਾਉਂਦੇ ਵੀ ਜਦੋਂ ਤੁਹਾਨੂੰ ਨਾਮ ਮਿਲ ਗਿਆ ਨਾ, ਇਹ ਨਹੀਂ ਕਿ ਸੰਸਾਰ ਦਾ ਨਹੀਂ ਕੁਛ ਮਿਲ ਗਿਆ, ਇਹ ਵੀ ਮਿਲੇਗਾ ਸਭ ਕੁਛ। ਮਹਾਰਾਜ ਕੀ ਕਹਿੰਦੇ? ਕਹਿੰਦੇ ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਏ। ਕਹਿੰਦੇ ਸਾਰੀਆਂ ਹੀ ਵਡਿਆਈਆਂ ਲੋਕ ਅਤੇ ਪਰਲੋਕ ਦੀਆਂ ਇਸ ਨਾਮ ਦੇ ਵਿੱਚ ਨੇ। ਜਿਵੇਂ ਜਿਵੇਂ ਤੁਸੀਂ ਨਾਮ ਦੇ ਵਿੱਚ ਸਮਾਓਗੇ, ਸੁਖੀ ਹੁੰਦੇ ਜਾਓਗੇ। ਤਾਂ ਕਰਕੇ ਮਹਾਰਾਜ ਨੇ ਫੈਸਲਾ ਕੀਤਾ ਕਿ ਵਿਣ ਤੁੱਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ। ਦੇਖੋ ਹੁਣ ਕਿੱਡਾ ਵੱਡਾ ਦੁੱਖ ਹੈ, ਸਿਰ ਦੁੱਖਾਂ ਦਾ ਦੁੱਖ ਉਹਨੂੰ ਕਹਿੰਦੇ ਨਾ ਜਿਹੜਾ ਬਹੁਤ ਵੱਡਾ ਦੁੱਖ ਹੋਵੇ। ਅਤੇ ਹੁਣ ਦੇਖੋ ਸਜ਼ਾ ਮਿਲ ਰਹੀ ਹੈ, ਅਗਨ 'ਚ ਸਾੜਿਆ ਜਾ ਰਿਹਾ, ਅਤੇ ਫਿਰ 84 ਲੱਖ ਜੂਨ, ਕਿੱਡਾ ਦੁੱਖ ਆ। ਖੋਤਾ ਬਣ ਗਿਆ ਅਤੇ ਉੱਤੇ ਰੱਖਣਗੇ 3.5 ਮਣ ਭਾਰ ਅਤੇ ਮਗਰੋਂ ਡੰਡਾ। ਦੱਸੋ ਮਾਂ ਪਿਓ ਸੱਚਾ ਕਿ ਝੂਠਾ? ਤਾਂ ਭਲਾ ਸੋਚ ਰਿਹਾ। ਇਸ ਕਰਕੇ ਉਹ ਫਿਰ ਆਪਦੇ ਨੌਕਰਾਂ ਨੂੰ ਕਹਿੰਦਾ ਵੀ ਇਹਨਾਂ ਨੂੰ ਸਮਝਾਓ ਚੰਗੀ ਤਰ੍ਹਾਂ, ਲੈ ਵੀ ਜਿੱਥੇ ਆਪਾਂ ਖੇਲਣ ਆਏ ਹਾਂ ਇੱਥੇ ਇਹ ਕੁਛ ਨਹੀਂ ਆਪਣਾ, ਇਹ ਬਗਾਨਾ ਦੇਸ਼ ਆ, ਸੁਬਹਾ ਇੱਥੇ ਆਉਣੇ ਅਤੇ ਸ਼ਾਮਾਂ ਨੂੰ ਚਲੇ ਜਾਂਦੇ, ਪਰਦੇਸੀ ਆਦਮੀ ਆਪਾਂ। ਇੱਥੋਂ ਦੇ ਲੋਕਾਂ ਨੇ ਸਾਡੇ ਨਾਲ ਵਲ ਛਲ ਕੀਤਾ, ਠੱਗ ਨੇ, ਸੁਣਿਆ ਨਾ ਇਹ ਠੱਗ,
ਠੱਗੀ ਮਾਰ ਲੈਂਦੇ ਨੇ ਘੋੜੀ ਨੂੰ, ਕਹਿੰਦੇ ਨੇ ਇਹ ਤਾਂ ਬੱਕਰੀ ਆ, ਹਾਂਜੀ ਮਾਰ ਲੈਂਦੇ ਨਾ ਠੱਗੀ ਇਸ ਤਰੀਕੇ ਨਾਲ। ਇਹਨਾਂ ਨੇ ਮਹਾਰਾਜ ਕੀ ਕਹਿੰਦੇ, ਰਾਜ ਮਾਲ ਰੂਪ ਜਾਤ ਜੋਬਨ ਇਹ ਪੰਜੇ ਠੱਗ, ਇੰਨੀ ਠੱਗੀ ਜੱਗ ਠੱਗਿਆ ਕਿਸੇ ਨਾ ਰੱਖੀ ਲੱਜ। ਹੁਣ ਗੁਰਮੁਖ ਪਿਆਰਿਓ ਤੁਹਾਡੇ ਚਰਨਾਂ 'ਚ ਬੇਨਤੀ ਆ, ਜੇ ਤੁਸੀਂ ਗੁਰਬਾਣੀ ਨੂੰ ਗੁਰੂ ਮੰਨਦੇ ਹੋ ਤਾਂ ਫਿਰ ਇਹ ਮੰਨ ਲਓ ਵੀ ਆ ਸਰੀਰ ਨਹੀਂ ਸਾਡਾ, ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭੁਲਾਇਆ, ਇਹ ਸਮਝਾਉਂਦੇ ਮਹਾਰਾਜ ਸਾਨੂੰ। ਠੀਕ ਹੈ ਜੀ, ਜਦੋਂ ਫਿਰ ਸਰੀਰ ਨਹੀਂ ਸਾਡਾ ਤਾਂ ਬਾਕੀ ਤਾਂ ਸਾਰਾ ਖੇਡ ਹੀ ਖਤਮ ਹੋ ਗਿਆ। ਤਾਂ ਬਾਬਾ ਕਬੀਰ ਜੀ ਕਹਿੰਦੇ ਨੇ, ਕਾਂ ਕੀ ਮਾਤ ਪਿਤਾ ਕਹੋ ਕਾਂ ਕਹੋ, ਕਵਣ ਪੁਰਖ ਕੀ ਜੋਈ, ਘੱਟ ਫੂਟੇ ਕੋਈ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ। ਕਹਿੰਦੇ ਉਦੋਂ ਹੀ ਕੱਢ ਦਿੰਦੇ ਇਹਨਾਂ ਨੇ, ਇਸ ਘਰ ਨੂੰ ਵੀ ਨਹੀਂ ਰੱਖਦੇ, ਮਨ ਦਾ ਤਾਂ ਇਹਨਾਂ ਨੂੰ ਭੇਤ ਨਹੀਂ, ਮਨ ਤਾਂ ਉਦੋਂ ਚਲਾ ਜਾਂਦਾ, ਲੇਕਿਨ ਜਿਸ ਘਰ ਦੇ ਨਾਲ ਪਿਆਰ ਕਰਦੇ ਨੇ ਉਹਨੂੰ ਵੀ ਨਹੀਂ ਰੱਖਦੇ, ਉਹਦਾ ਵੀ ਉਹਨੂੰ ਵੀ ਅੱਗ ਲਾ ਦਿੰਦੇ ਨੇ, ਇਹ ਇਹਨਾਂ ਦਾ ਖੇਲ ਆ। ਕਹਿੰਦੇ ਬਚ ਕੇ ਰਹੋ ਇਹਨਾਂ ਤੋਂ, ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸਰਬੰਧ। ਮਾਇਆ ਕਿਹਨੂੰ ਕਹਿੰਦੇ ਨੇ ਜੀ, ਸਰੀਰ ਨੂੰ। ਠੀਕ ਹੈ ਜੀ, ਇਹ ਸਰੀਰ ਸਭ ਮੂਲ ਹੈ ਮਾਇਆ। ਜਿਉਂ ਹੀ ਦੇਖਿਆ ਵੀ ਇਹ ਤਾਂ ਖਤਮ ਹੋ ਗਿਆ, ਜਿਹੜਾ ਸਾਡੇ ਪੱਠੇ ਪਾਉਂਦਾ ਸੀ, ਜਿਹੜਾ ਜਵਾਕਾਂ ਨੂੰ ਖੜਾਉਂਦਾ ਸੀ, ਜਿਹੜਾ ਦੁੱਧ ਲਿਆ ਕੇ ਦਿੰਦਾ ਸੀ, ਹੁਣ ਇਹ ਤੋਂ ਕੀ ਲੈਣਾ ਸਾੜੋ ਇਹਨੂੰ। ਹੁਣ ਕੀ ਹੋਇਆ, ਇਹਦਾ ਫੈਸਲਾ ਹੋਣ ਲੱਗਿਆ, ਧਰਮ ਰਾਏ ਕੋਲ ਲੈ ਗਏ ਇਹਨੂੰ ਕੁੱਟਦੇ। ਹੁਣ ਕੀ ਹੋਇਆ, ਜਿਹੜੀਆਂ ਇਹਦੀਆਂ ਪੰਡਾਂ ਸੀ, ਲੋਕਾਂ ਦੀ ਨਿੰਦਿਆ ਚੁਗਲੀ ਦੁਬਧਾ ਕੀਤੀ ਇਹਨੇ, ਹੰਕਾਰ 'ਚ ਮਾੜੇ ਬਚਨ ਬੋਲੇ, ਉਹ ਪੰਡਾ ਇਹਦੇ ਸਿਰ 'ਤੇ ਚੁਕਾਈਆਂ ਅਤੇ ਕਹਿੰਦੇ ਚੱਲ ਵੀ ਤੇਰਾ ਉੱਥੇ ਸੱਚੇ ਦਰਬਾਰ ਜਾ ਕੇ ਮਾਲਕ ਦੇ ਕੋਲ ਹਿਸਾਬ ਕਰਦੇ, ਕਿਉਂਕਿ ਜਿਹੜਾ ਧਰਮ ਰਾਏ ਆ ਨਾ, ਮਾਲਕ ਉਹ 'ਤੇ ਭਰੋਸਾ ਨਹੀਂ ਕਰਦਾ ਵੀ ਮੇਰਾ ਬੱਚਾ ਕਿਤੇ ਕੋਈ ਦਲਾਲੀ ਲੈ ਕੇ ਕਿਤੇ ਗਲਤ ਫੈਸਲਾ ਨਾ ਕਰ ਦਿਓ। ਦਲਾਲ ਆ, ਦਾ ਲਾ ਲਾ, ਠੀਕ ਹੈ, ਦਲਾਲ, ਉਹ 'ਤੇ ਮਾਲਕ ਨਹੀਂ ਭਰੋਸਾ ਕਰਦਾ। ਹੁਣ ਗੁਰਮ ਪਿਆਰਿਓ ਕੀ ਹੋਇਆ, ਉਹ ਪੰਡਾਂ ਇਹਦੇ ਸਿਰ 'ਤੇ ਰੱਖੀਆਂ ਅਤੇ ਮਗਰ ਉਹ ਡੰਡਾ, ਮਹਾਰਾਜ ਕੀ ਕਹਿੰਦੇ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚੱਲੇ ਚੁਭੇ ਦੁੱਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ। ਇੱਕ ਤਾਂ ਭਾਰ ਚੁੱਕਿਆ ਪਿੱਛੋਂ ਡੰਡਾ, ਬੜਾ ਦੁਖੀ ਹੋ ਰਿਹਾ। ਅਤੇ ਹੁਣ ਵੇਖੋ ਗੁਰਮੁਖੋ, ਜੇ ਇਹ ਨਾਮ ਆਪਾਂ ਨੂੰ ਨਹੀਂ ਨਾ ਪ੍ਰਗਟ, ਜੇ ਆਪਣੇ ਅੰਦਰ ਨਹੀਂ ਸੌਂਦਾ, ਅੰਮ੍ਰਿਤ ਨਹੀਂ ਆਉਂਦਾ, ਤਾਂ ਫਿਰ ਡੰਡਾ ਸਾਡੇ ਵਾਸਤੇ ਵੀ ਤਿਆਰ ਆ। ਮਹਾਰਾਜ ਕੀ ਕਹਿੰਦੇ ਨੇ, ਸਾਕਤ ਹਰ ਰਸ, ਹਰ ਰਸ ਕਹਿੰਦੇ ਨੇ ਅੰਮ੍ਰਿਤ ਨੂੰ, ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚੱਲੇ ਚੁਭੇ ਦੁੱਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ। ਜਿਵੇਂ ਹੁਣ ਇਹਦਾ ਸਾਰਾ ਕੁਛ ਇੱਥੇ ਰਹਿ ਗਿਆ, ਜਿਹੜੀਆਂ ਕਾਰਾਂ ਕੋਠੀਆਂ ਜ਼ਮੀਨਾਂ ਪਲਾਟ ਸਭ ਕੁਛ ਇੱਥੇ ਰਹਿ ਗਿਆ, ਸਰੀਰ ਵੀ ਇੱਥੇ ਰਹਿ ਗਿਆ, ਇਹ ਵੀ ਖੋਇਆ ਗਿਆ ਲੋਕ ਦਾ ਵੀ, ਅਤੇ ਅੱਗੋਂ ਪਰਲੋਕ ਦਾ ਕੋਲ ਹੈ ਨਹੀਂ, ਉੱਥੇ ਕੁੱਟ ਪੈਣ ਲੱਗੀ। ਦੱਸੋ ਇਹਨੇ ਕੀ ਖੱਟਿਆ ਵੀ, ਸੋਚੋ। ਹੁਣ ਜੇਕਰ ਆਪਾਂ ਇਸੇ ਤਰ੍ਹਾਂ ਆਪਦੀ ਜ਼ਿੰਦਗੀ ਬਤੀਤ ਕਰਾਂਗੇ, ਨਾਮ ਨਾ ਜਪਾਂਗੇ, ਸੰਗਤ ਨਾ ਕਰਾਂਗੇ, ਅਤੇ ਸੰਸਾਰ ਦਾ ਹੀ ਇਕੱਲਾ ਕਰੀ ਜਾਵਾਂਗੇ, ਇਹ ਤਾਂ ਇੱਕ ਸੁਪਨਾ ਹੀ ਹੈ। ਠੀਕ ਹੈ ਜੀ, ਤਾਂ ਬਹੁਤਾ ਲੰਬਾ ਨਹੀਂ ਸੁਪਨਾ, 100 ਸਾਲ ਦਾ ਵੱਧ ਤੋਂ ਵੱਧ। ਦੂਜੇ ਪਾਸੇ 84 ਲੱਖ ਜੂਨ ਵੇਖੋ ਕਿੱਡਾ ਲੰਮਾ ਚੱਕਰ ਆ, ਅਤੇ ਇੱਕ ਸੁਪਨੇ ਦੀ ਨਿਆਈ ਹੋ ਗਿਆ ਇੱਕ ਜਨਮ, ਸਮਝ ਰਹੇ ਹੋ ਜੀ। ਹੁਣ ਗੁਰਮੁਖ ਪਿਆਰਿਓ, ਇਹਦਾ ਜਿਹੜਾ ਇਕੱਠਾ ਕੀਤਾ ਉਹ ਵੀ ਨਹੀਂ ਕੋਲ ਰਿਹਾ, ਅਤੇ ਜਿਹੜਾ ਇਹਦੇ ਨਾਲ ਜਾਣਾ ਸੀ ਉਹ ਇਹਨੇ ਇਕੱਠਾ ਨਹੀਂ ਕੀਤਾ। ਤਾਂ ਕਰਕੇ ਆਪਾਂ ਹੁਣ ਕੀ ਕਰ ਰਹੇ ਹਾਂ, ਗੁਰੂ ਦੀ ਕਿਰਪਾ ਨਾਲ ਦੋਵੇਂ ਧਨ ਇਕੱਠੇ ਕਰ ਰਹੇ ਹਾਂ, ਲੋਕ ਦਾ ਵੀ ਪਰਲੋਕ ਦਾ ਵੀ, ਵੀ ਸਾਨੂੰ ਸੰਸਾਰ 'ਚ ਵੀ ਨਾ ਮੰਗ ਕੇ ਖਾਣਾ ਪਵੇ, ਅਤੇ ਨਾਲ ਜਾਣ ਵਾਲਾ ਧਨ ਵੀ ਸਾਡੇ ਕੋਲ ਹੋਵੇ। ਅਤੇ ਜਿਹੜਾ ਇਹ ਨਾਮ ਧਨ ਨੇ, ਇਹਦਾ ਡਬਲ ਫਾਇਦਾ ਹੈ ਜੀ, ਇਹ ਸੰਸਾਰ ਦੀ ਅਗਨ ਤੋਂ ਬਚਾ ਕੇ ਰੱਖਦਾ। ਸਭ ਤੋਂ ਨੇੜੇ ਦੀ ਅਗਨ ਸੰਸਾਰ ਵਿੱਚ ਪਤਾ ਕੀ ਹੈ, ਸਾਡਾ ਪਰਿਵਾਰ। ਮਹਾਰਾਜ ਕਹਿੰਦੇ ਅਗਨ ਕਟੰਬ ਸਾਗਰ ਸੰਸਾਰ, ਉਸ ਤੋਂ ਅੱਗੇ ਸੰਸਾਰ ਆ। ਕਿਵੇਂ ਇਹ ਅਗਨ ਆ, ਕਹਿੰਦੇ ਭਰਮ ਮੋਹ ਅਗਿਆਨ ਅੰਧਾਰ। ਜੇਕਰ ਸਾਡੇ ਕੋਲ ਨਾਮ ਹੋਏਗਾ, ਸਾਡਾ ਰੱਖਿਆ ਚੱਕਰ ਬਣੇ ਰਹੇਗਾ, ਸਾਨੂੰ ਪਰਿਵਾਰ ਜਿਹੜਾ ਦੁੱਖ ਨਹੀਂ ਦੇਵੇਗਾ, ਤੰਗ ਨਹੀਂ ਕਰੇਗਾ, ਸੰਸਾਰ ਸਾਨੂੰ ਦੁੱਖ ਨਹੀਂ ਦੇਵੇਗਾ, ਅਸੀਂ ਆਪਦੇ ਘਰ ਰਵਾਂਗੇ, ਸਾਡੇ ਘਰ ਤੱਕ ਇਹਨਾਂ ਦੀ ਆਵਾਜ਼ ਨਹੀਂ ਪਹੁੰਚਦੀ, ਸਮਝ ਰਹੇ ਹੋ ਜੀ।
ਇਹ ਭਾਵੇਂ ਸਪੀਕਰ ਵਾਲਾ ਬੋਲੀ ਜਾਣ, ਸਾਡਾ ਘਰ ਨਿਜਮੈਲ ਆ, ਸਮਝਦੇ ਹੋ ਜੀ? ਉੱਥੇ ਨਹੀਂ ਇਹਨਾਂ ਦੀ ਆਵਾਜ਼ ਪਹੁੰਚਦੀ। ਇਹ ਨੌਂਦਾਰ ਬੰਦ ਹੋ ਜਾਂਦੇ ਉਦੋਂ ਜਦੋਂ ਆਪਾਂ ਦਸਵੇਂ 'ਚ ਪ੍ਰਵੇਸ਼ ਹੁੰਦੇ। ਇਸ ਕਰਕੇ ਆਪਣੀ ਸਿਹਤ 'ਤੇ ਕੋਈ ਅਸਰ ਹੀ ਨਹੀਂ ਹੁੰਦਾ, ਕੋਈ ਚੰਗਾ ਕਵੇ ਕੋਈ ਮਾੜਾ ਕਵੇ, ਠੀਕ ਹੈ ਜੀ? ਨਾਮ ਦੇ ਆਸਰੇ ਨਾਲ ਆਪਾਂ ਇੱਥੇ ਚੱਲਦੇ ਹਾਂ, ਅੰਮ੍ਰਿਤ ਪੀਂਦੇ ਰਹਿੰਦੇ ਅਤੇ ਦੁੱਖ ਲਾਗੇ ਨਹੀਂ ਆਉਂਦਾ। ਜਿਹਨੂੰ ਮਹਾਰਾਜ ਕਹਿੰਦੇ ਤਾਤੀ ਵਾਹੋ ਨਾ ਲੱਗੀ ਪਾਰ ਬ੍ਰਹਮ ਸਰਨਾਈ, ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਏ। ਹੁਣ ਕੀ ਹੋਇਆ, ਇਹਦੀਆਂ ਪੰਡਾਂ ਖੋਲੀਆਂ ਗਈਆਂ ਜੀ। ਮਹਾਰਾਜ ਕਹਿੰਦੇ ਕੀ ਹੋਇਆ, ਕਹਿੰਦੇ ਦੁੱਖ ਕੀਆਂ ਪੰਡਾਂ ਖੋਲੀਆਂ, ਸੁੱਖ ਨਾ ਨਿਕਲਿਓ ਕੋਈ। ਕਹਿੰਦੇ ਇੱਕ ਵੀ ਸਵਾਸ ਇਹੋ ਜਿਹਾ ਨਹੀਂ ਨਿਕਲਿਆ ਜਿਹੜੀ ਇਹਨੇ ਸੰਗਤ ਕੀਤੀ ਹੋਵੇ, ਨਾਮ ਦੀ ਮੋਹਰ ਲੱਗੀ ਹੋਵੇ, ਸਾਰਾ ਦੁੱਖ ਹੀ ਦੁੱਖ ਇਕੱਠਾ ਕਰਕੇ ਲਿਆਇਆ। ਅਖੀਰ 'ਤੇ ਕੀ ਫੈਸਲਾ ਕਰਤਾ, ਕਹਿੰਦੇ ਪਾਪੀ ਆ, ਜਿੱਥੇ ਪਾਪੀ ਦਾ ਥਾਂ ਇਹਨੂੰ ਉੱਥੇ ਸਿੱਟ ਦਿਓ। ਮਹਾਰਾਜ ਕੀ ਕਹਿੰਦੇ, ਕਹਿੰਦੇ ਪਾਪੀ ਕਾ ਘਰ ਅਗਨੇ ਮਾਹੇ, ਜਲਤ ਰਹੇ ਮਿੱਟ ਬੇ ਕਬੂ ਨਾਹੇ। ਕਹਿੰਦੇ ਇਸ ਨੂੰ ਮਾਤਾ ਦੇ ਗਰਭ ਦੀ ਅਗਨ 'ਚ ਸੁੱਟੋ ਅਤੇ ਪੁੱਠਾ ਲਮਕਾਓ, ਅਤੇ ਇਹਨੂੰ ਰੋਲ ਰੋਲ ਕੇ ਮਾਰੋ, ਕਿਉਂਕਿ ਖੋਟਾ, ਇਹਨੇ ਨਾਮ ਨਹੀਂ ਜਪਿਆ। ਖੋਟੋ ਪੁੱਠੋ ਰਾਲੀਏ ਬਿਨ ਨਾਵੇਂ ਪਤ ਜਾਏ ਹੇ। ਰੋਗ ਨੂੰ ਆਪਾਂ ਦੁੱਖ ਕਹਿੰਦੇ ਹਾਂ ਨਾ ਜੀ। ਕਿਸੇ ਨੂੰ ਕੋਈ ਭਿਆਨਕ ਰੋਗ ਲੱਗ ਜੇ, ਕੈਂਸਰ, ਹੋਰ ਕਈ ਬਿਮਾਰੀਆਂ ਨੇ ਭਿਆਨਕ, ਉਦੋਂ ਕਹਿੰਦਾ ਮੈਨੂੰ ਦਾਖਲ ਕਰਾ ਦਿਓ, ਮੇਰਾ ਇਲਾਜ ਕਰਾ ਦਿਓ, ਮੈਂ ਗਿਆ। ਆਹ ਹੁਣ ਦੇਖੋ ਕਿੱਡਾ ਵੱਡਾ ਦੁੱਖ ਆ। ਇਹ ਹੁਣ ਗੱਲ ਸਾਡੇ ਸਮਝਣ 'ਤੇ ਹੈ। ਜੇ ਨਾਮ ਨਹੀਂ ਕੋਲ, ਪਰਮਾਤਮਾ ਨੂੰ ਅਸੀਂ ਨਹੀਂ ਜਾਣਦੇ, ਤਾਂ ਫਿਰ ਦਾਖਲ ਹੋਣ ਦੀ ਲੋੜ ਆ, ਨਹੀਂ ਤਾਂ ਰੋਗ ਬੜਾ ਭਿਆਨਕ ਰੂਪ ਧਾਰਨ ਕਰ ਜਾਏਗਾ, ਬੜਾ ਔਖਾ ਹੋ ਜਾਏਗਾ, ਠੀਕ ਹੈ ਜੀ? ਇਸ ਕਰਕੇ ਤੁਹਾਡੇ ਚਰਨਾਂ 'ਚ ਅਰਦਾਸ ਬੇਨਤੀ ਜੋਦਰੀ ਆ, ਦੁੱਖ ਦਾ ਹੱਲ ਕਰ ਲਓ, ਇਲਾਜ ਕਰਾ ਲਓ। ਫਿਰ ਵੀ ਤਾਂ ਸੰਸਾਰ 'ਚ ਹੀ ਰਹਿਣਾ, ਕਿਉਂ ਘਬਰਾਉਂਦੇ ਹੋ? ਜਿੰਨਾ ਚਿਰ ਸਮਾਂ ਹੈ ਪਹਿਲਾਂ ਇਲਾਜ ਕਰਾ ਲਓ, ਨਿਰੋਗ ਹੋ ਕੇ ਰਹੋ, ਕੋਈ ਡਰ ਹੀ ਨਹੀਂ, ਕੋਈ ਸੰਸਾ ਹੀ ਨਹੀਂ, ਕੋਈ ਭਰਮ ਹੀ ਨਹੀਂ, ਠੀਕ ਹੈ ਨਾ ਜੀ? ਇਸ ਕਰਕੇ ਆਪਾਂ ਆਹ ਗੁਰੂ ਨਾਨਕ ਦੇ ਘਰ ਦਾ ਹਸਪਤਾਲ ਆ, ਇੱਥੇ 4-5 ਦਿਨ ਵਾਸਤੇ ਦਾਖਲ ਹੋਏ ਹਾਂ ਕਿ ਮਹਾਰਾਜ ਸਾਡਾ ਇਲਾਜ ਕਰ ਦਿਓ, ਠੀਕ ਹੈ ਜੀ? ਅਤੇ ਇਲਾਜ ਹੋ ਰਿਹਾ, ਹਾਂਜੀ, ਪਹਿਲਾਂ ਜ਼ਖਮ ਸਾਫ਼ ਹੋ ਰਿਹਾ, ਰੱਬ ਕੇ ਸਿਮਰਨ ਮਨ ਕੀ ਮਲ ਜਾਏ, ਠੀਕ ਹੈ ਜੀ? ਫਿਰ ਵੈਦ ਕੋਲ ਚੱਲਾਂਗੇ, ਮੇਰਾ ਵੈਦ ਗੁਰੂ ਗੋ ਬਿੰਦਾ, ਹਰ ਹਰ ਨਾਮ ਔਖਦ ਮੁੱਖ ਦੇਵੇ ਕਾਟੇ ਜਮਕੀ ਫੰਦਾ। ਉਹ ਫਿਰ ਮਲਮ ਪੱਟੀ ਕਰੇਗਾ, ਠੀਕ ਹੈ ਜੀ? ਫਿਰ ਇਲਾਜ ਹੋ ਜਾਏਗਾ, ਕੋੜ ਦੂਰ ਹੋ ਜਾਏਗਾ। ਮਹਾਰਾਜ ਕੀ ਕਹਿੰਦੇ, ਬਿਨ ਨਾਵੇਂ ਮਨ ਤਨ ਹੈ ਕੁਸ਼ਟੀ, ਵਿੱਚ ਨਰਕਾਂ ਵਾਸਾ ਪਾਏਂਦਾ। ਜਦੋਂ ਇਲਾਜ ਹੋ ਗਿਆ, ਨਿਰੋਗ ਹੋ ਗਏ, ਤੰਦਰੁਸਤ ਆਦਮੀ ਫਿਰ ਬਹੁਤ ਵਧੀਆ ਬੋਲਦਾ, ਠੀਕ ਹੈ ਨਾ ਜੀ? ਅਤੇ ਫਿਰ ਤੁਹਾਡੀ ਬੋਲੀ ਬਦਲੇਗੀ, ਤੁਸੀਂ ਅੰਮ੍ਰਿਤ ਬਾਣੀ ਬੋਲੋਗੇ ਪਿਆਰ ਨਾਲ, ਕਦੇ ਕਿਸੇ ਨੂੰ ਗਾਲ ਨਹੀਂ ਕੱਢੋਗੇ, ਫਿੱਕਾ ਨਹੀਂ ਬੋਲੋਗੇ, ਕਦੇ ਕਿਸੇ ਨਾਲ ਧੋਖਾ ਨਹੀਂ ਕਰੋਗੇ, ਪਿਆਰ ਦੀ ਭਾਸ਼ਾ ਸ਼ੁਰੂ ਹੋ ਜਾਏਗੀ, ਠੀਕ ਹੈ ਜੀ? ਮਹਾਰਾਜ ਕੀ ਸਮਝਾਉਂਦੇ ਨੇ, ਕਹਿੰਦੇ ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ। ਜਿਵੇਂ ਜਿਵੇਂ ਨਾਮ ਸਮਾਓਗੇ, ਮਹਾਰਾਜ ਕਹਿੰਦੇ ਨਿਜ ਪਦ ਉੱਪਰ ਲਾਗੋ ਧਿਆਨ, ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ, ਠੀਕ ਹੈ ਜੀ? ਸੋ ਇੰਨੇ ਵਿਚਾਰ ਕਰਦੇ, ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਗੁਰੂ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ, ਦਾਸ ਤੁਹਾਡਾ ਬੱਚਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।